ਸਤਿ ਸ਼੍ਰੀ ਅਕਾਲ, ਮੈਂ ਸੁਪਾਲ ਜਾਲੀ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਰਾਜ ਬੈਂਕਸ ਦੇ ਸ਼ੋਅ ਦੇ ਵਿੱਚ ਐਵਰੀ ਟਿਊਜ਼ਡੇ 11 ਤੋਂ 12 ਵਜੇ। ਮੋਸਟ ਪਾਪੂਲਰ ਬੜੀ ਦੁਨੀਆ ਜੁੜਦੀ ਹੈ ਐਂਡ ਆਮ ਸ਼ੋਰ ਤੁਸੀਂ ਸਾਰਾ ਆਪਣਾ ਕੰਮ ਕੁੰਮ ਮੁਕਾ ਕੇ ਟੀਵੀ ਦੇ ਕੋਲ ਬੈਠੇ ਹੋਵੋਗੇ। ਸੋ ਪਲੀਜ਼ ਕਿਸੇ ਵੀ ਤਰ੍ਹਾਂ ਤੁਸੀਂ ਸਵਾਲ ਕਰਨਾ, ਜਦੋਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ ਉਹਨਾਂ ਨੂੰ ਦੱਸ ਦਿਓ ਕਿ ਅਸੀਂ ਡਾਕਟਰ ਜੀ ਨਾਲ ਗੱਲ ਕਰਨੀ ਹੈ ਕਿ ਤੁਸੀਂ ਬਾਅਦ 'ਚ ਗੱਲ ਕਰਨੀ ਹੈ। ਉਹਨਾਂ ਨੂੰ ਕਲੀਅਰ ਦੱਸ ਦਿਓ ਪਹਿਲਾਂ ਜਦੋਂ ਕਾਲ ਕਰਦੇ ਹੋ। ਅਗਰ ਤੁਸੀਂ ਉਹਨਾਂ ਨੂੰ ਡਾਕਟਰ ਨਾਲ ਬਾਅਦ 'ਚ ਗੱਲ ਕਰੀਏ ਕੰਸਲਟੇਸ਼ਨ, ਉਹ ਤੁਹਾਨੂੰ ਨੰਬਰ ਦੇਣਗੇ ਜੋ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਐਂਡ 11 ਤੁਸੀਂ ਕਾਲ ਕਰਨਾ। ਅਗਰ ਸਟੂਡੀਓ ਗੱਲ ਕਰਨੀ ਉਹ ਤੁਸੀਂ ਉਹਨਾਂ ਨੂੰ ਦੱਸੋ ਅਤੇ ਤੁਹਾਡਾ ਸਟੂਡੀਓ ਕਾਲ ਪਾਇਆ ਜਾਏਗਾ, ਫਿਰ ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ। ਚਲੋ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ ਡਾਕਟਰ ਦਾ ਸਵਾਗਤ ਕਰਕੇ, ਅਤੇ ਮੈਂ ਉਮੀਦ ਰੱਖਦਾ ਕਿ ਤੁਸੀਂ ਕੋਈ ਸਵਾਲ ਪੁੱਛੋਗੇ ਅਤੇ ਸ਼ੋਅ ਇੰਟਰਸਟਿੰਗ ਹੋ ਜਾਂਦਾ, ਕਿਸੇ ਹੋਰ ਨੂੰ ਵੀ ਜਵਾਬ ਮਿਲ ਜਾਂਦਾ, ਕਿਉਂਕਿ ਜਿਹੜੇ ਇੱਕ ਬੰਦੇ ਨੂੰ ਬਿਮਾਰੀ ਹੁੰਦੀ ਹੈ ਉਹ ਲੱਖਾਂ ਹੋਰ ਲੋਕਾਂ ਨੂੰ ਵੀ ਹੁੰਦੀ ਆ, ਤਾਂ ਉਹਨਾਂ ਨੂੰ ਵੀ ਜਵਾਬ ਮਿਲ ਜਾਂਦਾ। ਡਾਕਟਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ, ਕੀ ਹਾਲ ਹੈ? ਠੀਕ ਹੈ ਜੀ, ਬਹੁਤ ਵਧੀਆ। ਮੈਨੂੰ ਬੜਾ ਫਣੀ ਲੱਗਦਾ ਜਦੋਂ ਮੈਂ ਡਾਕਟਰ ਜੀ ਦਾ ਹਾਲ ਪੁੱਛਦਾ, ਕਰ ਤਾਂ ਮੈਂ ਕੁਝ ਲੱਗਦਾ ਹੈ ਨਹੀਂ। ਚਲੋ ਚੰਗਾ ਹੀ ਆ, ਪੁੱਛ ਲੈਂਦੇ ਜੀ। ਹਾਂਜੀ, ਪੁੱਛ ਪੋਲਾਈਟਨੈਸ ਹੁੰਦਾ ਨਾ, ਪੁੱਛਣਾ ਵੀ ਚਾਹੀਦਾ। ਹਾਂਜੀ, ਦੱਸ ਰਹੇ ਹੋ, ਤੁਸੀਂ ਵੀ ਸੁਣਾਓ ਕੀ ਹਾਲ ਆਪਣਾ। ਡਾਕਟਰ ਠੀਕ ਹੈ, ਫਰਕ ਹੈ, ਰੱਬ ਦੀ ਮਿਹਰ ਆ। ਤੁਸੀਂ ਕੋਲ ਬੈਠੇ ਡਰ ਹੀ ਨਹੀਂ ਹੈਗਾ ਨਾ? ਹਾਂਜੀ ਹਾਂਜੀ, ਚਲੋ ਫਟਾਫਟ ਤੁਹਾਡੇ ਤੇ ਯੂਨੋ ਬੜਾ ਫਰਕ ਪੈਂਦਾ। ਹਾਂਜੀ ਹਾਂਜੀ, ਬਹੁਤ ਫਰਕ ਪੈਂਦਾ। ਓਨਸੀ ਜਦੋਂ ਬੰਦਾ ਕਹਿੰਦਾ ਮੈਨੂੰ ਡਾਕਟਰ ਮਿਲਦਾ ਨਹੀਂ, ਬੜੇ ਲੋਕ ਕਹਿੰਦੇ ਡਾਕਟਰ ਦਾ ਫੋਨ ਨਹੀਂ ਆਨਸਰ ਕਰਦੇ। ਅਗਰ ਤੁਸੀਂ 10 ਤੋਂ ਪਹਿਲਾਂ ਕਰੋਗੇ ਨਹੀਂ ਆਨਸਰ ਹੋਏਗਾ, 11 ਤੋਂ ਬਾਅਦ ਕਰੋਗੇ ਫਿਰ ਨਹੀਂ ਆਨਸਰ ਹੋਏਗਾ। ਸੋ ਪਲੀਜ਼ ਟਾਈਮ ਸਿਰ ਕਰਿਆ ਕਰੋ ਅਤੇ ਤੁਹਾਡਾ ਕਾਲ ਪੱਕਾ ਆਨਸਰ ਹੋਏਗਾ 100%। ਅਤੇ ਉਮੀਦ ਰੱਖਦੇ ਕਿ ਤੁਸੀਂ 10 ਤੋਂ 11 ਜਿਹੜਾ ਨੰਬਰ ਮਿਲੇਗਾ ਉਸ ਨੰਬਰ 'ਤੇ ਕਾਲ ਕਰਨਾ। ਡਾਕਟਰ ਜੀ, ਸਭ ਤੋਂ ਪਹਿਲਾਂ ਮੈਂ ਕਿਸੇ ਬੰਦੇ ਦਾ ਕੋਈ ਸਵਾਲ ਹੈਗਾ, ਮੈਂ ਉਹਨੂੰ ਕਿਹਾ ਸੀ, ਉਮੀਦ ਰੱਖਦਾ ਤੁਸੀਂ ਵਾਚ ਕਰਦੇ ਹੋਗੇ ਪਾਇਲਸ ਬਾਰੇ। ਹਾਂਜੀ ਹਾਂਜੀ, ਇਹ ਕਿਉਂ ਹੁੰਦੀ ਹੈ ਅਤੇ ਇਹਦਾ ਇਲਾਜ ਕੀ ਹੈ? ਹਾਂਜੀ ਠੀਕ ਹੈ, ਮੈਂ ਦੱਸਦਾ ਪਹਿਲਾਂ ਹੈ ਕੀ ਚੀਜ਼ ਹੈ। ਹਾਂਜੀ, ਪਹਿਲਾਂ ਮੈਂ ਦੱਸਦਾ, ਪਹਿਲਾਂ ਮੈਂ ਕਹਿ ਦਵਾਂ ਵੀ ਜਿਹੜੇ ਫੋਨ ਨੰਬਰ ਆ ਨਾ ਦਰਸ਼ਕਾਂ ਲਈ, ਵੀ ਉਹ 2 ਨੰਬਰ ਹੈਗੇ ਆ, ਅਲੱਗ ਅਲੱਗ ਨੰਬਰ ਆ। ਅੱਛਾ, ਅਲੱਗ। ਹਾਂਜੀ, ਸੋ ਜਿਹਨੇ ਪਹਿਲੀ ਵਾਰੀ ਫੋਨ ਕਰਨਾ ਉਹਨਾਂ ਲਈ 10 ਤੋਂ 11 ਵਜੇ ਆ, ਮੰਡੇ ਵੈਨਸਡੇ ਅਤੇ ਫਰਾਈਡੇ। ਅਤੇ ਜੇ ਜਿਹੜੇ ਇੱਕ ਵਾਰੀ ਦਵਾਈ ਲੈ ਚੁੱਕੇ ਉਹਨੇ ਦੁਬਾਰਾ ਦਵਾਈ ਲੈਣੀ ਹੋਵੇ ਉਹਨਾਂ ਲਈ ਹੈਗਾ 4 ਤੋਂ 6 ਤਾਈਂ, ਉਹ ਅਲੱਗ ਨੰਬਰ ਆ, ਅਤੇ ਉਹ ਵੀ ਮੰਡੇ ਵੈਨਸਡੇ ਫਰਾਈਡੇ 4 ਤੋਂ 6 ਦੁਪਹਿਰ ਸ਼ਾਮ ਨੂੰ। ਦੈਟਸ ਰਾਈਟ। ਸੋ ਇੱਦਾਂ ਵੀ ਜੇ ਤੁਸੀਂ ਉਹ ਟਾਈਮ ਤੋਂ ਬਾਹਰ ਫੋਨ ਕਰੋਗੇ ਤੁਹਾਡਾ ਕਾਲ ਨਹੀਂ ਲਿਆ ਜਾਣਾ ਹੈਗਾ, ਅਤੇ ਜੇ ਤੁਸੀਂ ਵੋਇਸ ਮੇਲ 'ਤੇ ਮੈਸੇਜ ਭਰਦੇ ਹਾਂ ਅਤੇ ਉਹ ਵੀ ਅਸੀਂ ਉਹਦਾ ਜਵਾਬ ਨਹੀਂ ਦੇ ਹੋਣਾ, ਕਿਉਂਕਿ ਮੈਸੇਜ ਸੁਣਨ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ। ਆਮ ਗਲੈਡ ਡਾਕਟਰ ਜੀ ਨੇ ਬੜਾ ਕਲੀਅਰ ਗੱਲ ਕੀਤੀ ਹੈ, ਜਦੋਂ ਕਾਲ ਕਰਦੇ ਹੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਡਾਕਟਰ ਨਾਲ ਗੱਲ ਕਰੋ, ਵੋਇਸ ਮੇਲ ਨਾ ਛੱਡਿਓ, ਬਿਕੋਜ਼ ਡਾਕਟਰ ਪਾਸ ਟਾਈਮ ਨਹੀਂ ਹੈਗਾ ਕਿ ਵੋਇਸ ਮੇਲ ਆਨਸਰ ਕਰਨ, ਉਹਨੂੰ ਬਹੁਤ ਟਾਈਮ ਲੱਗ ਜਾਂਦਾ। ਉਹਨਾਂ ਦਾ ਸਿਸਟਮ ਹੈਗਾ, ਟਾਈਮ ਦਿੱਤਾ ਹੋਇਆ, ਸਲੋਟ ਦਿੱਤਾ, ਉਹ ਸਲੋਟ ਦੇ ਦਰਮਿਆਨ ਕਰਕੇ ਫੋਨ ਮੇਕ ਸ਼ੋਰ ਕਿ ਡਾਕਟਰ ਜੀ ਆਨਸਰ ਕਰਨ, ਉਹਨਾਂ ਨਾਲ ਗੱਲ ਕਰਿਓ, ਡੋਂਟ ਲੀਵ ਅ ਵੋਇਸ ਮੇਲ ਮੈਸੇਜ। ਹਾਂਜੀ, ਇੱਕ ਗੱਲ ਹੋ ਰਿਹਾ ਵੀ ਸਵੇਰ ਨੂੰ ਜਦੋਂ ਫੋਨ ਕਰਦੇ ਆ ਕਈ ਦਰਸ਼ਕ, ਉਹਨਾਂ ਦਾ ਕਾਲ ਨਹੀਂ ਥਰੂ ਹੁੰਦਾ ਤਾਂ ਉਹ ਵਾਰ ਵਾਰ ਫੋਨ ਕਰੀ ਜਾਂਦੇ, ਵਾਰ ਵਾਰ ਫੋਨ ਕਰੀ ਜਾਂਦੇ, ਅਤੇ ਇੱਦਾਂ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜਦੋਂ ਤੁਸੀਂ ਫੋਨ ਇੱਕ ਵਾਰੀ ਕਰਦੇ ਹੋ ਉਹ ਸਾਡੇ ਕੋਲ ਨੰਬਰ ਆ ਜਾਂਦਾ ਤਾਂ ਅਸੀਂ ਤੁਹਾਨੂੰ ਵਾਪਸ ਕਰ ਦੇਈਦਾ ਰਿੰਗ। ਬਿਲਕੁਲ, ਜਿਹੜਾ ਸਲੋਟ ਦੇ ਵਿੱਚ। ਹਾਂਜੀ, ਜੇ ਤੁਸੀਂ ਵਾਰ ਵਾਰ ਘੁਮਾਈ ਜਾਂਦੇ ਨੰਬਰ ਉਹ ਫਿਰ ਤੁਸੀਂ ਹੋਰਨਾਂ ਕਾਲਰਾਂ ਨੂੰ ਵੀ ਬਲੌਕ ਕਰ ਦਿੰਦੇ ਆ। ਸੋ ਇੱਕੋ ਵਾਰੀ ਕਰਿਓ ਕਰੋ ਪਲੀਜ਼, ਅਤੇ ਸਾਡੇ ਕੋਲ ਨੰਬਰ ਆ ਜਾਂਦਾ ਆ, ਜੇ ਨਹੀਂ ਵੀ ਤੁਹਾਡਾ ਥਰੂ ਹੁੰਦਾ ਅਸੀਂ ਤੁਹਾਨੂੰ ਵਾਪਸ ਫੋਨ ਕਰ ਲਈਦਾ ਹੈ। ਬਿਲਕੁਲ, ਅਗਰ ਸਲੋਟ ਦੇ ਵਿੱਚ ਕਾਲ ਕਰੋਗੇ ਤਾਂ ਸਿਸਟਮ ਹੈਗਾ ਅਤੇ ਵਰਕ ਕਰਦਾ ਪੱਕਾ, ਕਾਫੀ ਦੇਰ ਤੋਂ ਕਰਦੇ ਹਾਂ, ਤਾਂ ਉਮੀਦ ਰੱਖਦਾ ਕਿ ਤੁਸੀਂ ਸਿਸਟਮ ਫੋਲੋ ਕਰੋ ਪਲੀਜ਼, ਤਾਂ ਸਾਰਾ ਦੀ ਲਾਈਫ ਆਸਾਨ ਹੋ ਜਾਏਗੀ ਔਰ ਸਾਰਾ ਦੀ ਹੈਲਪ ਹੋ ਜਾਏਗੀ। ਜੀ ਡਾਕਟਰ। ਹਾਂਜੀ, ਸੋ ਆਪਾਂ ਤੁਸੀਂ ਕੁਐਸਚਨ ਪਾਇਆ ਪਾਇਲਸ ਬਾਰੇ, ਅਤੇ ਇਹਨੂੰ ਪੰਜਾਬੀ ਵਿੱਚ ਬਵਾਸੀਰ ਕਹਿੰਦੇ ਆ, ਅਤੇ ਇਹ ਹੁੰਦਾ ਆ ਕੰਡੀਸ਼ਨ ਬੈਕ ਪੈਸੇਜ ਵਿੱਚ। ਹਾਂਜੀ, ਰੈਕਟਮ ਵਿੱਚ, ਅਤੇ ਉੱਥੇ ਜਿੱਦਾਂ ਆਪਾਂ ਦੱਸਿਆ ਸੀ ਨਾ ਵੀ ਲੱਤਾਂ ਵਿੱਚ ਨਾੜਾਂ ਫੁੱਲ ਜਾਂਦੀਆਂ ਆ, ਵੈਰੀਕੋਜ਼ ਵੇਨਸ ਹੋ ਜਾਂਦੇ, ਇਸੇ ਤਰ੍ਹਾਂ ਉੱਥੇ ਨਾੜਾਂ, ਖੂਨ ਦੀਆਂ ਨਾੜਾਂ ਜਿਹੜੀਆਂ ਬੈਕ ਪੈਸੇਜ ਵਿੱਚ ਆ ਉਹ ਫੁੱਲ ਜਾਂਦੀਆਂ, ਵੱਧ ਜਾਂਦੀਆਂ। ਹਾਂਜੀ, ਅਤੇ ਉਹਦੀ ਵਜ੍ਹਾ ਜ਼ਿਆਦਾ ਇਹੀ ਹੁੰਦਾ ਆ ਵੀ ਇਹ ਕਈ ਵਾਰੀ ਕੌਂਸਟੀਪੇਸ਼ਨ ਜਿਨ੍ਹਾਂ ਨੂੰ ਰਹਿੰਦੀ ਜਾਂ ਹਾਰਟ ਸਟੂਲ ਆਉਂਦਾ ਆ ਉਹ ਜ਼ੋਰ ਜ਼ਿਆਦਾ ਲਾਉਂਦੇ ਆ। ਹਾਂਜੀ, ਸੋ ਜ਼ੋਰ ਲਾਉਣ ਨਾਲ, ਸਟ੍ਰੇਨਿੰਗ ਕਰਨ ਦੇ ਨਾਲ ਉੱਥੇ ਸੋਜ ਪੈ ਜਾਂਦੀ ਆ, ਇਨਫਲਮੇਸ਼ਨ ਹੋ ਜਾਂਦੀ ਆ, ਅਤੇ ਉਹ ਜਿਹੜੀਆਂ ਖੂਨ ਦੀਆਂ ਨਾੜੀਆਂ ਵੱਧ ਜਾਂਦੀਆਂ ਆ, ਅਤੇ ਉਹ ਫਿਰ ਉੱਥੇ ਦਰਦ ਪੈਣ ਲੱਗ ਪੈਂਦਾ ਆ। ਹਾਂਜੀ, ਅਤੇ ਕਈਆਂ ਦੇ ਬਹੁਤ ਜ਼ਿਆਦਾ ਹੀ ਤਕਲੀਫ ਹੁੰਦੀ ਆ, ਅਤੇ ਉਹ ਜਦੋਂ ਜ਼ਿਆਦਾ ਫੁੱਲ ਜਾਂਦੀ ਹੈ ਖੂਨ ਦੀਆਂ ਨਾੜੀਆਂ ਫਿਰ ਉਹ ਟੁੱਟ ਵੀ ਸਕਦੀਆਂ ਅਤੇ ਬਲੀਡਿੰਗ ਵੀ ਹੋ ਸਕਦੀ ਆ। ਹਾਂਜੀ, ਖੂਨ ਜਾਂਦਾ ਰਹਿੰਦਾ, ਸੋ ਬਹੁਤ ਡਿਫੀਕਲਟ ਕੰਡੀਸ਼ਨ ਆ। ਅਤੇ ਇਹ ਜੇ ਤੁਸੀਂ ਜ਼ਿਆਦਾ ਗਰਮ ਚੀਜ਼ਾਂ ਵੀ ਖਾਂਦੇ ਆ ਤਾਂ ਵੀ ਹੋ ਜਾਂਦਾ ਗਰਮ ਚੀਜ਼ਾਂ ਦੇ ਨਾਲ, ਸੋ ਕੁਛ ਪਰਹੇਜ਼ ਵੀ ਨਾਲ ਚਾਹੀਦਾ ਆ। ਅਤੇ ਜੇ ਤੁਹਾਨੂੰ ਕੌਂਸਟੀਪੇਸ਼ਨ ਆ ਜਾਂ ਹਾਰਟ ਸਟੂਲ ਆ ਉਹਦਾ ਇਲਾਜ ਪਹਿਲਾਂ ਕਰਨਾ ਜ਼ਰੂਰੀ ਆ।
ਇਹ ਡਾਕਟਰ ਸਾਹਿਬ ਤੁਸੀਂ ਥੋੜ੍ਹਾ ਟਾਈਮ ਹੋ ਗਿਆ ਤੁਸੀਂ ਕਿਹਾ ਸੀ ਕਿ ਜ਼ੋਰ ਨਹੀਂ ਲਗਾਉਣਾ ਚਾਹੀਦਾ ਪਰ ਤੁਸੀਂ ਉਹਦਾ ਆਪਾਂ ਕੋਈ ਜਵਾਬ ਨਹੀਂ ਹੁਣ ਤੁਸੀਂ ਅੱਜ ਦੱਸਿਆ ਸੋ ਉਹਦੀ ਕੌਜ਼ ਵਨ ਆਫ ਦ ਕੌਜ਼ ਉਹ ਵੀ ਹੋ ਗਿਆ ਨਾ ਫਿਰ ਬਿਲਕੁਲ ਭਾਜੀ ਬਿਲਕੁਲ ਦੱਸਿਆ ਜਿਹਨਾਂ ਨੂੰ ਰੈਗੂਲਰ ਕਨਸਟੀਪੇਸ਼ਨ ਰਹਿੰਦੀ ਆ ਉਹਨਾਂ ਨੂੰ ਚਾਂਸ ਵੱਧ ਜਾਂਦੇ ਪੀ ਪਾਇਲਸ ਹੋਣ ਦੇ ਡੈਫੀਨਿਟ ਤੇ ਇਹਦਾ ਲਾਰਜ ਦੇ ਕੈਪਸੂਲ ਵਗੈਰਾ ਦਿੰਦੇ ਨੇ ਹਾਂਜੀ ਸੋ ਜੇ ਕਨਸਟੀਪੇਸ਼ਨ ਰਹਿੰਦੀ ਆ ਫਿਰ ਪਹਿਲਾਂ ਕਨਸਟੀਪੇਸ਼ਨ ਦਾ ਕਰੀਦਾ ਇਲਾਜ ਤੇ ਨਾਲ ਫਿਰ ਜਿਹੜੀ ਪਾਇਲਸ ਆ ਤੇ ਉਹ ਤੋਂ ਜੇ ਸ਼ਰਿੰਕ ਕਰਨ ਲਈ ਹੈ ਨਾ ਬਲੱਡ ਵੈਸ ਜਿਹੜੇ ਫੁੱਲੇ ਹੁੰਦੇ ਆ ਜਿੱਦਾਂ ਆਪਾਂ ਵੈਰੀਕੋਸ ਵੇਨਸ ਸ਼ਰਿੰਕ ਕਰੀਦੀਆਂ ਇਸੇ ਤਰ੍ਹਾਂ ਉਹ ਵੀ ਖੂਨ ਦੀਆਂ ਨਾੜੀਆਂ ਸ਼ਰਿੰਕ ਕਰ ਦਿੰਦੀਆਂ ਦਵਾਈ ਦੇ ਨਾਲ ਹਾਂਜੀ ਫਰਕ ਪੈ ਜਾਂਦਾ ਹੈ ਜੇ ਬਹੁਤ ਜ਼ਿਆਦਾ ਕੇਸ ਵਧਿਆ ਹੋਵੇ ਤਾਂ ਉਹ ਫਿਰ ਐਕਸਟਰਨਲ ਪਾਇਲਸ ਵੀ ਬਣ ਜਾਂਦੇ ਉਹ ਖੂਨ ਦੀਆਂ ਨਾੜਾਂ ਕੁਛ ਬਾਹਰ ਨੂੰ ਵੀ ਆ ਜਾਂਦੀਆਂ ਹਾਂਜੀ ਦੈਟਸ ਰਾਈਟ ਫਿਰ ਉਹ ਉਹਦਾ ਜੇ ਜ਼ਿਆਦਾ ਵਧਿਆ ਹੋਵੇ ਫਿਰ ਸਰਜਰੀ ਵੀ ਕਰਨੀ ਪੈਂਦੀ ਉਹਦੀ ਓਪਰੇਸ਼ਨ ਕਰ ਦਿੰਦੇ ਆ ਦੈਟਸ ਰਾਈਟ ਪਰ ਡਾਕਟਰ ਕਈ ਜੋ ਲੋਕ ਜਿਹਨਾਂ ਨੂੰ ਬਿਮਾਰੀਆਂ ਕੋਈ ਮੈਡੀਕੇਸ਼ਨ ਖਾਂਦੇ ਆ ਕਬਜ਼ ਉਹਦੇ ਨਾਲ ਵੀ ਹੋ ਜਾਂਦੀ ਹੈ ਹਾਂਜੀ ਦੈਟਸ ਰਾਈਟ ਬਿਲਕੁਲ ਜਿਹੜੇ ਪੇਨ ਕਿਲਰ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਵਿੱਚ ਕੋਡੀਨ ਪਾਈ ਹੁੰਦੀ ਆ ਅਤੇ ਕੋਡੀਨ ਦੇ ਨਾਲ ਕਬਜ਼ ਪੈ ਜਾਂਦੀ ਆ ਸੋ ਉਹ ਕਾਬਜ਼ ਪੈਣ ਦੇ ਨਾਲ ਫਿਰ ਉਸ ਟ੍ਰੇਨਿੰਗ ਕਰਨ ਲੱਗ ਪੈਂਦੇ ਆ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਲੋਕਾਂ ਨੂੰ ਵੀ ਇਹ ਗੋਲੀਆਂ ਨਾ ਹੋ ਰਿਹਾ ਅਤੇ ਜਦੋਂ ਕਾਬਜ਼ ਪੈ ਜਾਂਦੀ ਉਹਨਾਂ ਨੂੰ ਫਿਰ ਟ੍ਰੇਨਿੰਗ ਕਰਨਾ ਪੈਂਦਾ ਉਸ ਟ੍ਰੇਨਿੰਗ ਕਰਨ ਦੇ ਨਾਲ ਫਿਰ ਉਹ ਬਵਾਸੀਰ ਬਣ ਜਾਂਦਾ ਸੋ ਇਹੋ ਜਿਹੀ ਇੱਕ ਬਿਮਾਰੀ ਨੂੰ ਠੀਕ ਕਰਦੇ ਅਤੇ ਉਹ ਕੁਛ ਹੋਰ ਲਵਾ ਲੈਂਦੇ ਆ ਹਾਂਜੀ ਡਾਕਟਰ ਬੜੀ ਕਮਾਲ ਦੀ ਗੱਲ ਹੈ ਤੁਸੀਂ ਮੂੰਹ ਚੀਜ਼ ਪਾਉਂਦੇ ਹੋ ਮੂੰਹ ਤੋਂ ਲੈ ਕੇ ਜਦ ਤੱਕ ਤੁਹਾਡਾ ਫੂਡ ਪ੍ਰੋਸੈਸ ਹੋ ਕੇ ਬਾਹਰ ਨਹੀਂ ਜਾਂਦਾ ਉਹ ਹਰ ਸਿਸਟਮ ਜਿੱਥੋਂ ਜਿੱਥੋਂ ਜਾਂਦਾ ਉਹਨੂੰ ਤੁਹਾਨੂੰ ਪ੍ਰੋਟੈਕਟ ਕਰਨਾ ਪੈਂਦਾ ਜ਼ਿਆਦਾ ਗਰਮ ਸਰਵ ਕਰਦੇ ਹੋ ਗਲਾ ਖਰਾਬ ਹੋ ਸਕਦਾ ਖੱਟੀ ਚੀਜ਼ ਖਾਂਦੇ ਹੋ ਗਲਾ ਹੋ ਸਕਦਾ ਹੁਣ ਪਾਇਲ ਹੋ ਜਾਂਦੀ ਹੈ ਕਿਡਨੀ ਨੂੰ ਨੁਕਸਾਨ ਲਿਵਰ ਨੂੰ ਨੁਕਸਾਨ ਹਾਰਟ ਨੂੰ ਨੁਕਸਾਨ ਹਰ ਤਰ੍ਹਾਂ ਦਾ ਐਕਸਰਸਾਈਜ਼ ਜਾਂਦਾ ਉੱਥੇ ਪਤਾ ਨਹੀਂ ਕੀ ਕੁਛ ਕਰਦਾ ਹੋਵੇ ਹਾਂਜੀ ਭਾਅ ਜੀ ਦੈਟਸ ਰਾਈਟ ਇਹ ਆਪਣਾ ਆਪਣਾ ਤਸਵੀਰ ਦੇਖਣਾ ਪੈਂਦਾ ਵੀ ਤੁਹਾਨੂੰ ਕਿਹੜੀ ਚੀਜ਼ ਹਜ਼ਮ ਹੁੰਦੀ ਆ ਹੈ ਨਾ ਹੁਣ ਆਪਣਾ ਪੰਜਾਬੀ ਵਿੱਚ ਇੱਦਾਂ ਗਿਣੀਆਂ ਆ ਕਈ ਫੂਡਸ ਹੈ ਨਾ ਗਰਮ ਗਿਣੇ ਹੋ ਆ ਕਈ ਠੰਡੇ ਗਿਣੇ ਹੋ ਆ ਕਈ ਬਾਈ ਵਾਲੇ ਗਿਣੇ ਹੋ ਆ ਅਤੇ ਕਈ ਖੁਸ਼ਕ ਗਿਣੇ ਹੋ ਆ ਤੁਹਾਨੂੰ ਦੇਖਣਾ ਪੈਂਦਾ ਵੀ ਕਿਹੜੇ ਤੁਹਾਨੂੰ ਸੂਟ ਕਰਦੇ ਆ ਉਹ ਤੁਸੀਂ ਜ਼ਿਆਦਾ ਖਾਓ ਅਤੇ ਜਿਹੜੀ ਤੁਹਾਨੂੰ ਨਹੀਂ ਚੀਜ਼ ਸੂਟ ਕਰਦੀ ਉਹ ਬਹੁਤ ਘੱਟ ਖਾਓ ਹਾਂਜੀ ਸੋ ਇਸੇ ਤਰ੍ਹਾਂ ਮੈਂ ਦੱਸਿਆ ਪਿਆ ਜੇ ਜਿਹਨਾਂ ਨੂੰ ਗਰਮੀ ਰਹਿੰਦੀ ਹੈ ਨਾ ਉਹ ਗਰਮ ਫੂਡਸ ਨਾ ਖਾਣ ਕਿ ਗਰਮ ਖੁਰਾਕ ਦੇ ਨਾਲ ਉਹ ਫਿਰ ਤੁਹਾਡੇ ਪਾਇਲਸ ਬਣ ਸਕਦੇ ਆ ਯੰਗ ਉਮਰ ਵਿੱਚ ਸਭ ਕੁਛ ਚੱਲਦਾ ਆ ਹਾਂਜੀ ਸਰੀਰ ਸਹਿ ਲੈਂਦਾ ਆ ਜਿੱਦਾਂ ਫਿਰ ਸਿਆਣੇ ਹੋਈ ਜਾਂਦੇ ਹਨ ਫਿਰ ਸਰੀਰ ਘੱਟ ਸਹਿੰਦਾ ਆ ਜੇ ਅਸੀਂ ਸਿਆਣੇ ਹੋ ਕੇ ਫਿਰ ਉਹੀ ਭਾਲਦੇ ਹਾਂ ਕਿ ਜਦੋਂ ਮੈਂ 25-30 ਸਾਲ ਦਾ ਸੀ ਉਦੋਂ ਹੀ ਹੋਵੇ ਉਹ ਤਾਂ ਮੁਸ਼ਕਲ ਕਰ ਲੈਣਾ ਮੁਸ਼ਕਲ ਆ ਵੀ ਉਨੀ ਖੁਰਾਕ ਖਾ ਲੈਣੀ ਉਨਾ ਘੇ ਖਾ ਲੈਣਾ ਉਨਾ ਦੁੱਧ ਪੀ ਲੈਣਾ ਉਹ ਸਰੀਰ ਨਹੀਂ ਚੱਲਦਾ ਹੈਗਾ ਜਿੱਦਾਂ ਪਹਿਲੀ ਉਮਰ 'ਚ ਹੁੰਦਾ ਉਦੋਂ ਐਕਸਰਸਾਈਜ਼ ਵੀ ਜ਼ਿਆਦਾ ਹੁੰਦੀ ਆ ਅਤੇ ਉੱਦਾਂ ਵੀ ਤੰਦਰੁਸਤੀ ਜ਼ਿਆਦਾ ਹੁੰਦੀ ਆ ਹੈ ਨਾ ਅੱਛਾ ਡਾਕਟਰ ਇੱਕ ਦਫ਼ਾ ਇਲਾਜ ਉਹਦੇ ਵਾਪਸ ਹੋ ਸਕਦੀ ਹੈ ਕਿ ਹਾਂਜੀ ਕਈ ਕੇਸ ਠੀਕ ਕੀਤੇ ਆ ਇੱਦਾਂ ਹੋ ਜਾਂਦੇ ਠੀਕ ਦਵਾਈਆਂ ਦੇ ਨਾਲ ਅਤੇ ਹੋਮਿਓਪੈਥੀ ਦਵਾਈ ਦੇ ਨਾਲ ਪਰ ਨਾਲ ਡਾਇਟ ਚੇਂਜ ਕਰਨੀ ਪੈਂਦੀ ਆ ਜੇ ਤੁਸੀਂ ਨਹੀਂ ਕਰੋਗੇ ਤਾਂ ਦੁਬਾਰਾ ਵਾਪਸ ਹੋਏਗੀ ਵਾਪਸ ਵੀ ਹੋ ਸਕਦੀ ਦੱਸ ਹਾਂਜੀ ਚਲੋ ਉਮੀਦ ਰੱਖਦਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀਗਾ ਡਾਕਟਰ ਨੇ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਅਗਰ ਤੁਹਾਨੂੰ ਪਤਾ ਨਹੀਂ ਲੱਗਿਆ ਥੋੜ੍ਹਾ ਬਹੁਤਾ ਹਾਲੇ ਵੀ ਤੁਸੀਂ ਇਲਾਜ ਕਰਾਉਂਦੇ ਹੋ ਪਲੀਜ਼ ਤੁਸੀਂ ਜਿਹੜਾ ਮੈਂ ਪਹਿਲਾਂ ਦੱਸ ਕਰਕੇ 01215511001 'ਤੇ ਕਾਲ ਕਰਕੇ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਲਓ ਜੋ ਮੰਡੇ ਵੈਨਸਡੇ ਫਰਾਈਡੇ ਵਿਦਇਨ 10 or 11 ਤੁਸੀਂ ਕਾਲ ਕਰ ਸਕਦੇ ਕੰਸਲਟੇਸ਼ਨ ਲਈ ਅਗਰ ਜੇ ਤੁਸੀਂ ਦਵਾ ਲੈਣੀ ਹੈ ਉਹ ਦੂਸਰਾ ਨੰਬਰ ਹੈ ਉਹ 4 to 6 ਸੇਮ ਡੇ ਮੰਡੇ ਵੈਨਸਡੇ ਫਰਾਈਡੇ ਸੋ 2 ਡਿਫਰੈਂਟ ਨੰਬਰਸ ਕੰਸਲਟੇਸ਼ਨ ਲਈ ਅਤੇ ਰਿਪੀਟ ਮੈਡੀਕੇਸ਼ਨ ਲਈ ਤੁਸੀਂ 2 ਨੰਬਰ ਕਾਲ ਕਰ ਸਕਦੇ ਹੋ ਜੀ ਡਾਕਟਰ ਜੀ ਅੱਜ ਕੱਲ੍ਹ ਦਾ ਮੁੱਦਾ ਹਾਂਜੀ ਸੋ ਆਪਾਂ ਪਿਛਲੀ ਵਾਰੀ ਲਾਈਵ ਸ਼ੋਅ ਵਿੱਚ ਬਲੱਡ ਪ੍ਰੈਸ਼ਰ ਬਾਰੇ ਗੱਲ ਕਰ ਰਹੇ ਸੀ ਅਤੇ ਉਦੋਂ ਫਿਰ ਕਾਫੀ ਕਾਲ ਆਏ ਅਤੇ ਸਬਜੈਕਟ ਤਕਰੀਬਨ ਪੂਰਾ ਨਹੀਂ ਹੋ ਸਕਿਆ ਅਤੇ ਮੈਂ ਕਿਹਾ ਵੀ ਉੱਥੋਂ ਕੰਟੀਨਿਊ ਕਰਦੇ ਹਾਂ ਅਤੇ ਇੱਦਾਂ ਹੈਗਾ ਵੀ ਜਦੋਂ ਸਿਆਣਾ ਬੰਦਾ ਹੋ ਜਾਂਦਾ ਹੁਣ ਅਬਾਊਟ 80% ਮੇਰਾ ਐਸਟੀਮੇਟ ਹੈਗਾ ਵੀ ਜਦੋਂ ਸਿਆਣੇ ਹੋ ਜਾਂਦੇ ਲੋਕ ਵੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਗੋਲੀਆਂ ਲੱਗੇ ਜਾਂਦੀਆਂ ਆ ਹਾਂਜੀ ਸੋ ਬਹੁਤ ਹੀ ਲੋਕ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਂਦੇ ਆ ਅਤੇ ਕਿਸੇ ਨੂੰ ਕੋਈ ਸਾਈਡ ਇਫੈਕਟ ਵੀ ਹੋ ਜਾਂਦਾ ਹੈ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਹੋ ਜਾਂਦਾ ਅਲੱਗ ਅਲੱਗ ਦਵਾਈਆਂ ਹੈਗੀਆਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਲੱਡ ਪ੍ਰੈਸ਼ਰ ਲਈ ਅਤੇ ਇਹਦੇ ਇਹ ਵੀ ਹੈ ਵੀ ਇਹ ਸਾਈਲੈਂਟ ਡਿਜ਼ੀਜ਼ ਵੀ ਗਿਣੀ ਜਾਂਦੀ ਆ ਅਤੇ ਕਈ ਲੋਕਾਂ ਨੂੰ ਕਈ ਕਈ ਸਾਲ ਬਲੱਡ ਪ੍ਰੈਸ਼ਰ ਹੋਇਆ ਰਹਿੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਾਨੂੰ ਬਲੱਡ ਪ੍ਰੈਸ਼ਰ ਆ ਕਿਉਂਕਿ ਇਹਦੇ ਕਈ ਵਾਰੀ ਸਾਈਨਸ ਨਹੀਂ ਸਿਮਟਮਸ ਨਹੀਂ ਆਉਂਦੇ ਹੈਗੇ ਅਤੇ ਹੈਗੀ ਇਹ ਚੀਜ਼ ਖਤਰਨਾਕ ਆ ਕਿਉਂਕਿ ਜੇ ਨਹੀਂ ਕੰਟਰੋਲ 'ਚ ਹੋਵੇ ਤਾਂ ਹੋਰ ਕੋਈ ਪ੍ਰੋਬਲਮ ਖੜ੍ਹਾ ਹੋ ਸਕਦਾ ਹਾਂਜੀ ਸੋ ਇਹ ਮੈਂ ਕਹਿੰਦਾ ਹੁੰਦਾ ਵੀ ਤੁਹਾਨੂੰ ਕਦੇ ਕਦੇ ਬਲੱਡ ਪ੍ਰੈਸ਼ਰ ਚੈੱਕ ਕਰ ਲੈਣਾ ਚਾਹੀਦਾ ਜਾਂ ਕਰਾ ਲੈਣਾ ਚਾਹੀਦਾ
तो जे मशीन आप खरीदनी हो खरीद सकते हैं 15-20 पाउंड की आँदी है। डॉक्टर तुम बहुत अच्छी गल कही, मैं इंटरप्ट नहीं करता बिकॉज मैं नाल दी नाल गल करदा। लास्ट वीक मैंने कोई बंदा मिलिया तो उन्हें पैकेट फड़िया दवाई, मैं की कहता डॉक्टर दे आया, कहता यार मुझे पता ही नहीं सीखा कि मैंने ब्लड प्रेशर मैं दवाइया से लाता। वो साइलेंट सी पहला, उन्होंने शायद होएगा नहीं होएगा जिदा तुम कहने हो, ये तो मेरा लाइवली एग्जाम्पल है। वो हूँ पहली दफा गया तो डॉक्टर ने दवाइया दी, चक के रखे उन्हें शुरू कर लिया, सारी उम्र नहीं लगाता उन्होंने, पर मैं आम नॉट क्वालिफाइड टू टेल हिम कि बाबा हाली ना खा, तू तेरा लाइफ स्टाइल चेंज कर, वापस जाके तेरा ब्लड टेस्ट कर, देख क्यों खाते कुछ फर्क पा, इमीजिएटली गोलियां तेल जाए। पर फिर मैं मेरा तो फर्ज भी नहीं बनता कहना, पर यह जो तुम प्रोग्राम देखते नॉलेज डॉक्टर के कोलों सुनते पे हो दैन थोड़ा यकीन होंगे कि तुम उन्होंने प्लीज़ पहला आप कोशिश करो कि ब्लड प्रेशर नो ठीक करो उनकी सर। हाँ जी हाँ जी, जे तो बहुत ज्यादा हाई है फिर तो तुहानू एकदम मेडिकेशन लेनी पैनी है कंट्रोल करने लई, ते नहीं तो तुहानू होर कुछ ज्यादा सीरियस हो सकता है। पर जे तुहाडा बॉर्डर लाइन ते हैगा आ फिर तुसी बिल्कुल अपने डाइट ना लाइफस्टाइल ना उन्हें थले लिया सकदे ब्लड प्रेशर नो। पर डॉक्टर मैंने उन्हें बड़े हैरान की बड़ी अनजस्टिस है, मैं तुसी क्रूरिटी भी कह लो, एक बंदा कहता चल मैं डॉक्टर से जाना तो माइल के है मैं तुर के जाना मेरी एक्सरसाइज हो जाऊ। हाँ। अपने एक्सरसाइज के हिसाब से तुर के जाता है हूँ आम शोर तुम एक माइल तुरते हो तो सारा सिस्टम हीटअप होया हो तो ब्लड प्रेशर फास्ट होया हार्ट बीट फास्ट हुई है और जाते थोड़ी टर्न आ गई तो सब कुछ आई है तो गोलियां लगा दो। हाँ जी दस ये तो कि अनजस्टिस है इदा भी होंगे तो एक होंगे जो डॉक्टर के कोई जाता है ना उन्होंने थोड़ी जी एंगजायटी हो जाती टेंशन हो जाता वो भी ब्लड प्रेशर ज्यादा निकल एक्चुअली मानते हैं भी इदा हो जाता वाइट कॉलर सिंड्रोम इन कहें। अच्छा हाँ जी पे हो जाता है तो पर जी पी उन्होंने जॉब ही है गोलियां लिख के देनी है जिनी बारी जाना कोई ना कोई दवाई तो उन्होंने लिख के देनी है। हाँ जी सो वो देखते भी ये आया जो ब्लड प्रेशर हाई या नहीं कंट्रोल करना पैना आ ले हाँ जी गोलियां खाई चल फॉर द रेस्ट ऑफ योर लाइफ तो पर थोड़ा जहाँ उन्होंने टाइम देना चाहिए भी तुम थोड़ी जहाँ लाइफ स्टाइल चेंज करो थोड़ी एक्सरसाइज करो। पर डॉक्टर नहीं देंगे ना जी पी टाइम नहीं देंगे टाइम नहीं होंगे दस राय 5-10 मिनट लिए तो अपॉइंटमेंट सिर्फ होंगी 10-7 मिनट की अपॉइंटमेंट होंगी है उन्हें फटाफट थोड़ा कंप्यूटर से लेके थोड़ा बाहर भेज देना बाहर भेज देना यू नो प्लीज जो भी तुम जाने हो मैं हमेशा कहना एनिक तो मेरी नॉलेज है यह मैं थोड़ा कह सकता कि काम कोलैक्टिव पीसफुली जाके बैठो 10-15 मिनट अपना माइंड पीसफुली करके फिर थोड़ी अपॉइंटमेंट आवे ना डॉक्टर से पहला बैठ जाओ थोड़ी देर जाके रश भी ना जाओ कभी भी थोड़ा ब्लड प्रेशर सही नहीं आएगा कभी भी। सही है बिल्कुल सही है तो नाले इदा भी ब्लड प्रेशर नाल दी नाल चेंज होंदा रहिंदा हमेशा सेम नहीं रहिंदा है बिल्कुल थोड़ा बहुत उच्चा नीवा होंदा ही रहिंदा है। सो इदा ना फिक्र करो अज मेरा थोड़ा जहा हाई सी अज मेरा नीवा सी वो ब्लड प्रेशर हैगी इदा दी चीज़ आ वो थोड़ा बहुत अप एंड डाउन होंदा रहिंदा ऑल डे लॉन्ग। पर डॉक्टर ते बहुत रीजन हो सकदे एक तुरन दा हो सकदा एक कोई तुसी टेंशन लै ली ओदा हो सकदा सारी रात सोचदे रहे देयर लॉट ऑफ आई थिंक कुछ होंदे चीज लॉट्स ऑफ थिंग्स। हां जी पर ओ एवरेज जे ठीक रहिंदा फिर तुहानू फिक्र करन दी लोड़ नहीं हैगी। हां जी ते जदों रीडिंग भी लैणा है ना 3 वारी रीडिंग लैणा चाहीदा है ते ओदा एवरेज कढ लैणा बिल्कुल 3 दफा लैणा चाहीदा है। हां दैट्स राइट बैठ के लवो सो के लवो जिद्दा भी हां जी रिलैक्स जदों रिलैक्स होके बैठे रिलैक्स होके ओदों ओदों लवो है ना ओदों ना लवो पे जदों तुसी बाहरों दौड़े दौड़े आए किते जां रश आ जां तुसी कोई किसे नाल लड़के हटे। डॉक्टर साहब पता की लाइफ दी फितरत ही आई हैगी है इंसान दी दौड़े जांदा यार मैं उत्थे जाणा मैं उत्थे जाणा यार एक मिनट ठहर जा मैं डॉक्टर दे जाके ब्लड प्रेशर चेक करा लां ओ रश दे विच ओ ब्लड ब्लड प्रेशर हाई होंगे गोलियां लाता फिर वो घर जाके आराम नाल बैठ जाता फिर टेंशन हो जाती ना कि मैं ब्लड प्रेशर हो गया लाइफ लोंग हो जाता गोलियां सारी उम्र गोलियां खाई जाओ फिर नाल ये भी है पे तुहानू पता एलोपैथी दवाइया के कोई ना कोई साइड इफेक्ट जरूर होंगे हाँ जी तो वो साइड इफेक्ट ना पे तुहानू कोई होर प्रॉब्लम पै सकता है। हाँ जी फिर वो नाल होर जो दवाई जोड़ देणगे वह साइड इफेक्ट कंट्रोल करने लिए सो वाधा रहिंदा काम। हाँ जिदा हम रेमीप्रिल आ हाँ जी रेमीप्रिल बहुत आम देंदे ब्लड प्रेशर लिए तो रेमीप्रिल एक साइड इफेक्ट आ खंघ आनी हाँ तो तुम कहो कि मेरे खंघ आँदी है तो खंघ की दवाई दे देंगे। हाँ जी सो खंघ हटनी तो है नहीं कि नहीं नहीं तो तुम कॉफ मिक्सचर पी जाओगे थोड़ा बहुत कंट्रोल च रहेगी। हाँ जी सो लॉट ऑफ थिंग्स लाइक दैट एक एमलोडिपीन दवाई आ ब्लड प्रेशर लिए गिट्टे सुज जाते हैं। हाँ जी पानी रोकता बॉडी विच उहदे नाल हाँ जी सो फिर तुहानू दवाई दे देणगे पानी बॉडी विचों कढ़न लई हाँ जी डायरेटिक पेशाब ज़्यादा आवे। हाँ जी सो इदा ये काम वधदे रहिंदे घटदे नहीं गे तो बहुत ही इदां दे पेशेंट देखे जिन्हां नू असीं कहिंदा पे देखो तुसीं अपना लाइफ स्टाइल चेंज करो तो 2-3 मील रोज़ तुरो थोड़ी एक्सरसाइज करो अपनी डाइट चेंज कर लो
ਤੇ ਉਹਦੇ ਨਾਲ ਹੀ ਕਾਫੀ ਕੰਟਰੋਲ ਆ ਗਿਆ ਉਹਨਾਂ ਦਾ ਹਾਂਜੀ ਦਵਾਈਆਂ ਤੇ ਜਾਣ ਦੀ ਲੋੜ ਨਹੀਂ ਬਿਮਾਰੀ ਦਾ ਇਲਾਜ ਕਰਨ ਨਾਲ ਹੋਰ ਕਾਫੀ ਸਾਈਡ ਇਫੈਕਟ ਨਾਲ ਲੱਗ ਜਾਂਦੀ ਹੈ ਹੁਣ ਜਦੋਂ ਯੂ ਨੋ ਕਾਰ ਖਰਾਬ ਹੋਣੀ ਸ਼ੁਰੂ ਹੁੰਦੀ ਮੇਰੇ ਫਰੈਂਡ ਮੈਂ ਇੱਕ ਦੋ ਨੂੰ ਮੁਸੀਬਤ ਦੋ ਦਫਾ ਮੈਂ ਉਹਨੂੰ ਕਹਿੰਦਾ ਇਹਨੂੰ ਕੱਢ ਦੇ ਯਾਰ ਹੁਣ ਤੂੰ ਨਵੀਂ ਲੈ ਲਾ ਹੁਣ ਆਦਮੀ ਕੀ ਕਰੇ ਹਾਂਜੀ ਹਾਂਜੀ ਦੱਸ ਰਹੇ ਹਾਂ ਸੋ ਇੱਦਾਂ ਹੀ ਪੇ ਬਲੱਡ ਪ੍ਰੈਸ਼ਰ ਦਾ ਕੇਅਰਫੁਲ ਵੀ ਹੋਣਾ ਪੈਂਦਾ ਪਰ ਉਹਦਾ ਬਹੁਤਾ ਤੁਸੀਂ ਟੈਨਸ਼ਨ ਬਿਨਾਂ ਲਓ ਹਾਂਜੀ ਅਤੇ ਉਹਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਆ ਅਤੇ ਉਹਦੇ ਜੇ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੋਵੇ ਕੁਛ ਨਿਸ਼ਾਨੀਆਂ ਹੁੰਦੀਆਂ ਵੀ ਜਾਂ ਤਾਂ ਰੋਜ਼ੇ ਸਿਰ ਦੁਖੀ ਜਾਣਾ ਹਾਂਜੀ ਜਾਂ ਚੱਕਰ ਆਈ ਜਾਣੀ ਅਤੇ ਜਾਂ ਕਈ ਵਾਰੀ ਨਕਸੀਰ ਫੁੱਟ ਜਾਂਦੀ ਆ ਹਾਂਜੀ ਖੂਨ ਆਉਣ ਲੱਗ ਪੈਂਦਾ ਆ ਦੈਟ ਇਜ਼ ਬੈਡ ਨਾ ਹਾਂ ਦੈਟਸ ਰਾਈਟ ਦੈਟ ਮੀਨਸ ਕਾਫੀ ਹਾਈ ਆ ਕਰਕੇ ਤੁਹਾਡੇ ਨੱਕ ਦੇ ਵਿੱਚ ਜਿਹੜੇ ਬਰੀਕ ਬਰੀਕ ਬਲੱਡ ਵੈਸਲਸ ਹੁੰਦੇ ਆ ਅਤੇ ਜਦੋਂ ਜ਼ਿਆਦਾ ਪ੍ਰੈਸ਼ਰ ਵੱਧ ਜਾਂਦਾ ਉਹ ਫਟ ਜਾਂਦੇ ਆ ਵੈਰੀ ਈਜ਼ਲੀ ਈਜ਼ਲੀ ਫਟ ਜਾਂਦੇ ਅਗਰ ਤੁਸੀਂ ਨੱਕ ਵੀ ਬਲੋ ਕਰਦੇ ਹੋ ਤੇ ਖੂਨ ਵੀ ਆ ਸਕਦਾ ਉਹਦੇ ਵਿੱਚ ਦੈਟਸ ਰਾਈਟ ਯਾ ਸੋ ਇਹ ਹੈਗੀ ਉਹਦੇ ਨਿਸ਼ਾਨੀਆਂ ਖਾਸ ਅਤੇ ਵੀ ਜੇ ਵੀ ਉਹਦਾ ਡੇਂਜਰਸ ਇਹ ਹੈਗਾ ਵੀ ਤੁਹਾਡੇ ਜੇ ਬਹੁਤ ਚਿਰ ਰਹਿੰਦਾ ਹਾਈ ਜ਼ਿਆਦਾ ਹੀ ਬਲੱਡ ਪ੍ਰੈਸ਼ਰ ਅਤੇ ਸਟਰੋਕ ਹੋ ਸਕਦਾ ਆ ਹਾਂਜੀ ਅਤੇ ਹਾਰਟ ਅਟੈਕ ਵੀ ਹੋ ਸਕਦਾ ਆ ਅਤੇ ਜਿਹੜੀ ਕਿਡਨੀਸ ਜਾਂ ਇੰਪੋਰਟੈਂਟ ਔਰਗਨਸ ਆ ਬ੍ਰੇਨ 'ਤੇ ਵੀ ਅਸਰ ਹੋ ਸਕਦਾ ਆ ਸੋ ਇਹ ਇੱਦਾਂ ਇੰਪੋਰਟੈਂਟ ਔਰਗਨਸ ਨੂੰ ਬਚਾਉਣ ਲਈ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰੱਖਣਾ ਹੀ ਪੈਂਦਾ ਆ ਅਤੇ ਪਰ ਇੱਦਾਂ ਵੀ ਜ਼ਿਆਦਾ ਵੀ ਨਹੀਂ ਫਿਕਰ ਕਰਨਾ ਚਾਹੀਦਾ ਕਈ ਹੈਗੇ ਲੋਕ ਮੈਂ ਦੇਖੇ ਉਹ ਬਲੱਡ ਪ੍ਰੈਸ਼ਰ ਅੱਧੇ ਅੱਧੇ ਘੰਟੇ ਬਾਅਦ ਚੈੱਕ ਕਰੀ ਜਾਂਦੇ ਉਹਨਾਂ ਦੇ ਦਿਮਾਗ ਵਿੱਚ ਸਮਝ ਕੇ ਹੋਰ ਟੈਨਸ਼ਨ ਪੈਦਾ ਹੋ ਜਾਂਦਾ ਹੈ ਸੋ ਇੱਦਾਂ ਵੀ ਨਹੀਂ ਕਰਨੀ ਚਾਹੀਦੀ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਨਾ ਕਿਉਂਕਿ ਲੋਕਾਂ ਨੇ ਡਾਇਬੀਟੀਜ਼ ਦੀ ਮਸ਼ੀਨ ਰੱਖੀ ਹੋਈ ਹੈ ਬਲੱਡ ਪ੍ਰੈਸ਼ਰ ਰੱਖੀ ਆਕਸੀਜਨ ਦੇਖਦੇ ਨੇ ਯੂ ਨੋ ਮੈਂ ਹਮੇਸ਼ਾ ਲਵਜ ਕਹਿੰਦੇ ਨਾ ਡਾਕਟਰ ਜੀ ਤੁਹਾਡੀ ਬੋਡੀ ਇੰਨੀ ਕਮਾਲ ਦੀ ਹੈ ਨਾ ਤੁਸੀਂ ਸਾਰੀ ਉਮਰ ਇਹਦਾ ਸਾਥ ਦਿੰਦੇ ਹੋ ਬੋਡੀ ਦਾ ਤੁਹਾਡੇ ਨਾਲ ਹੀ ਰੱਖੀ ਹੋਈ ਹੈ ਉਹ ਤੁਹਾਨੂੰ ਪਤਾ ਕਿੱਦਾਂ ਬਿਹੇਵ ਕਰਦੀ ਹੋ ਤੁਹਾਡੀ ਆਪਣੀ ਬੋਡੀ ਹੈ ਜੇ ਤੁਹਾਨੂੰ ਤੁਹਾਡੀ ਬੋਡੀ ਦਾ ਨਹੀਂ ਪਤਾ ਤਾਂ ਦੂਜੇ ਨੂੰ ਕਿੱਦਾਂ ਪਤਾ ਲੱਗੇ ਦਾ ਪਤਾ ਦੈਟਸ ਰਾਈਟ ਯਾ ਸੋ ਮੋਸਟ ਇੰਪੋਰਟੈਂਟ ਇਹੀ ਆਪਣੇ ਆਪਣਾ ਥੋੜ੍ਹੀ ਜਿਹਾ ਰਿਲੈਕਸੇਸ਼ਨ ਜ਼ਰੂਰ ਕਰੋ ਕਿਉਂਕਿ ਇਹਨੂੰ ਐਕਚੁਅਲੀ ਮੈਡੀਕਲ ਟਰਮ ਬਲੱਡ ਪ੍ਰੈਸ਼ਰ ਦਾ ਹਾਈਪਰ ਟੈਨਸ਼ਨ ਆ ਹਾਂਜੀ ਹਾਈਪਰ ਟੈਨਸ਼ਨ ਸੋ ਹਾਈਪਰ ਜ਼ਿਆਦਾ ਟੈਨਸ਼ਨ ਤੁਹਾਨੂੰ ਪਤਾ ਹੀ ਕੀ ਹੁੰਦਾ ਬਿਲਕੁਲ ਹਾਂਜੀ ਸੋ ਜਿੰਨਾ ਤੁਹਾਡੇ ਮਨ ਵਿੱਚ ਟੈਨਸ਼ਨ ਰਹਿੰਦਾ ਹੈ ਉੰਨਾ ਤੁਹਾਡੇ ਖੂਨ ਦੀਆਂ ਨਾੜੀਆਂ ਵਿੱਚ ਟੈਨਸ਼ਨ ਰਹਿੰਦਾ ਹੈ ਹਾਂਜੀ ਕਿਉਂਕਿ ਜਿਹੜੀ ਮਾਈਂਡ ਆ ਉਹ ਬੋਡੀ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਐਬਸੋਲਿਊਟਲੀ ਹਾਂ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਜ਼ਿਆਦਾ ਕ੍ਰੋਧ ਵਿੱਚ ਰਹਿੰਦਾ ਹਰ ਵੇਲੇ ਹੈ ਨਾ ਉਹਦਾ ਬਲੱਡ ਪ੍ਰੈਸ਼ਰ ਤਕਰੀਬਨ ਹਾਈ ਹੁੰਦਾ ਹੀ ਆ ਸੋ ਇੱਦਾਂ ਦੀ ਜਿਹੜੇ ਜਜ਼ਬਾਤ ਆ ਇਮੋਸ਼ਨਸ ਆ ਉਹ ਬਹੁਤ ਹੀ ਅਸਰ ਹੁੰਦਾ ਉਹਨਾਂ ਦਾ ਡਾਕਟਰ ਜੀ ਕਿਸੇ ਬੜੇ ਲੋਕਾਂ ਨੂੰ ਕੰਪਲੇਨ ਆ ਨੀਂਦ ਨਾ ਆਉਂਦੀ ਉਹਦੇ ਨਾਲ ਵੀ ਫਰਕ ਪੈਂਦਾ ਹੋਏਗਾ ਨੀਂਦ ਹਾਂਜੀ ਉਹ ਟੈਨਸ਼ਨ ਨਾਲ ਹਾਂਜੀ ਸਟ੍ਰੈਸ ਦੇ ਨਾਲ ਹਾਂਜੀ ਦੈਟਸ ਰਾਈਟ ਤੁਹਾਡੇ ਦਿਮਾਗ ਜਿਹੜਾ ਆ ਉਹਨੂੰ ਚੈਨ ਚਾਹੀਦੀ ਆ ਹਾਂਜੀ ਅਤੇ ਜਦੋਂ ਤੁਸੀਂ ਟੈਨਸ਼ਨ ਵਿੱਚ ਰਹਿੰਦੇ ਹਾਂ ਸਟ੍ਰੈਸ ਵਿੱਚ ਰਹਿੰਦੇ ਹਾਂ ਅਤੇ ਦਿਮਾਗ ਨੂੰ ਚੈਨ ਨਹੀਂ ਮਿਲਦੀ ਹੈਗੀ ਉਹ ਤਾਂ ਫਿਰ ਸੌਂ ਨੀਂਦ ਕਿੱਦਾਂ ਆਵੇ ਹਾਂਜੀ ਡਾਕਟਰ ਮੈਂ ਮੇਰੇ ਕੋਈ ਫਰੈਂਡ ਦੇਖਦੇ ਹੋਣੇ ਟੀ ਵੀ ਪਲੀਜ਼ ਮੈਂ ਤੁਹਾਡਾ ਨਾਮ ਨਹੀਂ ਲੈਂਦਾ ਮੈਂ ਉਹਨੂੰ ਹਮੇਸ਼ਾ ਸਮਝਾਉਂਦਾ ਰਹਿੰਦਾ ਡਾਕਟਰ ਜੀ ਜਦੋਂ ਤੁਸੀਂ ਮੈਂ ਜੀ ਸਪੈਸ਼ਲੀ ਕਿਸ ਕੰਟਰੀਆਂ ਤੋਂ ਤੁਸੀਂ ਆਏ ਹੋ ਸਿੰਗਾਪੁਰ ਤੋਂ ਆਏ ਹੋ ਅਫਰੀਕਾ ਤੋਂ ਆਏ ਹੋ ਬੜੀ ਸੋਹਣੀ ਜ਼ਿੰਦਗੀਆਂ ਸੀਗੀਆਂ ਚਲੋ ਪੰਜਾਬ 'ਚ ਥੋੜ੍ਹਾ ਹਾਰਡ ਟਾਈਮ ਸੀ ਲੋਕਾਂ ਦਾ ਵਿਚਾਰੇ ਮਜਬੂਰ ਕਰਦੇ ਸੀਗੇ ਉੱਥੋਂ ਨਿਕਲ ਕੇ ਉਹਨਾਂ ਦੀ ਲਾਈਫ ਜਿਹਨੇ ਅੱਛੀ ਲਾਈਫ ਤੋਂ ਨਿਕਲ ਕੇ ਇੱਥੇ ਆਏ ਨਾ ਉਹ ਸਭ ਰੋਂਦੇ ਨੇ ਅਤੇ ਉਹ ਜਦੋਂ ਬੈਠਾ ਮੱਥੇ 'ਤੇ ਹੱਥ ਰੱਖ ਕੇ ਨਾ ਉਹ ਪੁਰਾਣੀਆਂ ਗੱਲਾਂ ਯਾਦ ਕਰਕੇ ਨਾ ਰੋ ਮੈਂ ਕਿਹਾ ਯਾਰ ਤੂੰ ਕਹਿੰਦਾ ਹੁਣ ਮੈਂ ਟਾਈਮ ਪਾਸ ਮੈਂ ਕਿਹਾ ਹੁਣ ਤੂੰ ਕਿੰਨੀ ਦੇਰ ਟਾਈਮ ਪਾਸ ਕਰਨਾ ਹੈ ਬੜਾ ਦੁਖੀ ਹੈ ਇਸ ਗੱਲ ਪਿੱਛੇ ਕਿ ਮੇਰੀ ਉਹ ਲਾਈਫ ਨਾ ਹੈ ਨਹੀਂ ਹੁਣ ਜੋ ਉੱਥੇ ਸੀ ਉਹ ਉਹਦੇ ਮਾਇੰਡ 'ਚੋਂ ਨਹੀਂ ਨਿਕਲਦਾ ਅੱਛਾ ਅੱਛਾ ਚੋ ਪੁਰਾਣੀਆਂ ਗੱਲਾਂ ਜਿਹੜੀਆਂ ਹੈਪੀ ਟਾਈਮ ਸੀ ਉਹਨੂੰ ਯਾਦ ਕਰੀ ਜਾਣੀ ਉਹਨੂੰ ਹੈਪੀ ਟਾਈਮ ਨੂੰ ਯਾਦ ਕਰਕੇ ਹੁਣ ਦੁਖੀ ਹੁੰਦਾ ਹਾਂਜੀ ਹਾਂਜੀ ਉਹ ਥੋੜ੍ਹੀ ਜਿਹੀ ਉਹਨੂੰ ਹੋਮਿਓਪੈਥੀ ਦਵਾਈ ਚਾਹੀਦੀ ਮੇਰੇ ਖਿਆਲ ਮਾਇੰਡ ਠੀਕ ਕਰਨ ਲਈ ਪਤਾ ਨਹੀਂ ਕਿੱਦਾਂ ਦੀ ਉਹ ਵੀ ਠੀਕ ਤੇ ਵੀ ਆਪਾਂ ਪਹਿਲਾਂ ਮੇਰੇ ਕੋਲ ਸਵਾਲ ਆ ਸਵਾਲ ਤਾਂ ਬਹੁਤ ਨੇ ਤੁਸੀਂ ਵੀ ਕਾਲ ਕਰਕੇ ਪਲੀਜ਼ ਸਵਾਲ ਪੁੱਛ ਸਕਦੇ ਹੋ ਪਹਿਲਾਂ ਅਸੀਂ ਕਾਲ ਲੈਂਦੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਣਾ ਚਾਹੋਗੇ ਕਿ ਮੇਰਾ ਨਾਮ ਬਲਵੀਰ ਹੈ ਜੀ ਬਲਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਉਹ ਮੈਂ ਜਦੋਂ ਕੰਮ ਕਰਦਾ ਰਿਹਾ ਤਕਰੀਬਨ 50 ਸਾਲ ਤੇ ਕੋਈ ਬਿਮਾਰੀ ਨਹੀਂ ਸੀ ਜਦੋਂ ਮੈਂ ਰਿਟਾਇਰ ਹੋਇਆ ਤੇ ਜਦੋਂ ਮੈਂ ਡਾਕਟਰ ਦੇ ਗਿਆ ਉਹ ਕਹਿੰਦਾ ਚੈੱਕ ਕਰੋ ਉਹਦੀ ਸ਼ੂਗਰ ਨਿਕਲੀ ਆ ਅੱਛਾ ਸ਼ੂਗਰ 57 ਨਿਕਲੀ ਤੇ ਬਾਅਦ ਵਿੱਚ ਉਹਨੇ ਗੋਲੀ ਲਗਾ ਦਿੱਤੀ ਤੇ ਹੁਣ ਸ਼ੂਗਰ ਹਰੇਕ ਸਾਲ ਵੱਧਦੀ ਜਾਂਦੀ ਆ ਤੇ ਹੁਣ 77 ਹੋ ਗਈ ਆ ਤੇ ਉਹ ਕਹਿੰਦੇ ਦੋ ਗੋਲੀਆਂ ਲਗਾਉਣੀਆਂ ਤੇ ਇਹ ਮਤਲਬ ਵੀ ਕੰਮ ਕਰਨ ਕਰਕੇ ਹੋਇਆ ਜਾਂ ਮਤਲਬ ਵੀ ਰਿਟਾਇਰ ਹੋ ਗਿਆ ਹੁਣ ਮੈਂ ਤੇ ਕੀ ਇਹਦਾ ਇਲਾਜ ਕੀ ਹੈਗਾ ਤੇ ਗੋਲੀਆਂ ਲੈਣੀਆਂ ਚਾਹੀਦੀਆਂ ਦੋ ਕੁ ਇੱਕੋ ਹੀ ਖਾਈ ਜਾਵਾਂ ਹਾਂਜੀ ਭਾਅ ਜੀ ਜੈਸ ਵਾਈ ਸੋ ਇੱਦਾਂ ਪਹਿਲੀ ਗੱਲ ਤਾਂ ਜਦੋਂ ਤੁਸੀਂ ਰਿਟਾਇਰ ਹੋਏ ਮੇਰੇ ਖਿਆਲ ਤੁਸੀਂ ਕਾਫੀ ਹਾਰਡ ਵਰਕ ਕੀਤਾ ਆ ਹਾਂਜੀ ਹਾਂਜੀ ਜਦੋਂ ਫਿਰ ਇੱਕਦਮ ਬੋਡੀ ਸਲੋ ਹੋ ਜਾਂਦੀ ਹੈ ਨਾ ਫਿਰ ਉਹਦਾ ਚਾਂਸ ਵੱਧ ਜਾਂਦਾ ਕੋਈ ਨਾ ਕੋਈ ਬਿਮਾਰੀ ਪੈਦਾ ਹੋਣ ਦਾ ਜੀ ਹਾਂਜੀ ਸੋ ਜਿਹੜੀਆਂ ਤੁਹਾਨੂੰ ਦਵਾਈਆਂ ਦਿੱਤੀਆਂ ਉਹ ਤੁਹਾਨੂੰ ਹੁਣ ਖਾਣੀਆਂ ਚਾਹੀਦੀਆਂ ਇਸ ਵੇਲੇ
क्योंकि शुगर नू कंट्रोल करना जरूरी हैगा आ। हाँ जी, जे शुगर कंट्रोल च नहीं हैगी फिर तुहाडे होर जिहड़े इंपोर्टेंट ऑर्गन्स आ बॉडी दे उह नाल दी नाल डैमेज होण लग पैंदे आ। जी, अखां ते फर्क पै सकदा है, किडनीज ते फर्क पै सकदा है। हाँ जी, कई कुछ हार्ट दे ब्लड वैसल्स जिहड़ियां उहनां ते भी फर्क पैंदा है। सो कंट्रोल करनी जरूरी है भाजी। ਕਿੱਦਾਂ ਕਰ ਸਕਦੇ ਹਾਂ ਕੰਟਰੋਲ? ਖਾਣ ਪੀਣ ਦਾ ਕਿਹੜੀ ਕਿਹੜੀ ਚੀਜ਼ ਖਾਣੀ ਚਾਹੀਦੀ ਹੈ? ਹਾਂਜੀ ਹਾਂਜੀ, ਦੈਟਸ ਰਾਈਟ। ਸੋ ਤੁਸੀਂ ਇੱਦਾਂ ਵੀ ਸਬਜ਼ੀਆਂ ਜ਼ਿਆਦਾ ਖਾਣੀਆਂ, ਸੈਲਡ ਜ਼ਿਆਦਾ ਖਾਣਾ, ਠੀਕ ਹੈ, ਅਤੇ ਫਰੂਟ ਵੀ ਤੁਸੀਂ ਖਾ ਸਕਦੇ ਹਾਂ, ਅਤੇ ਉੱਦਾਂ ਜਿਹੜੀ ਕਾਰਬੋਹਾਈਡਰੇਟਸ ਜਾਂ ਆਟੇ ਵਾਲੀਆਂ ਚੀਜ਼ਾਂ ਉਹ ਤੁਸੀਂ ਬੰਦ ਕਰ ਦਿਓ ਜਾਂ ਤੁਸੀਂ ਘੱਟ ਕਰ ਦਿਓ ਜਿੱਦਾਂ ਵੀ ਤੁਹਾਡੇ ਹੁੰਦਾ, ਅਤੇ ਐਕਸਰਸਾਈਜ਼ ਤੁਹਾਡੀ ਜ਼ਿਆਦਾ ਹੋਣੀ ਚਾਹੀਦੀ ਆ। ਹਾਂਜੀ ਹਾਂਜੀ। ਸੋ ਤੁਸੀਂ ਜੇ ਤਾਂ ਹੁਣ ਖਾ ਕੇ ਚੰਗਾ ਖੁਰਾਕ ਕਾਫੀ ਖਾ ਕੇ ਬੈਠੇ ਰਹਿੰਦੇ ਹੈ ਨਾ, ਤਾਂ ਉਹ ਫਿਰ ਜਿਹੜੀ ਤੁਹਾਡੀ ਖੁਰਾਕ ਦੀ ਖੂਨ ਵਿੱਚ ਜਦੋਂ ਜਾਂਦੀ ਉਹਦੀ ਸ਼ੂਗਰ ਬਣ ਜਾਂਦੀ ਆ। ਹਾਂਜੀ, ਤੇ ਉਹ ਫਿਰ ਸ਼ੂਗਰ ਸੜਦੀ ਨਹੀਂ ਜੇ ਤੁਸੀਂ ਬੈਠੇ ਰਹਿੰਦੇ ਆ। ਮੈਂ ਪਿਛਲੇ ਸਾਲ ਲੋਕਡਾਊਨ ਰਹੀ ਨਾ, ਫਿਰ ਬਾਹਰ ਨਹੀਂ ਗਏ ਤੇ ਐਕਸਰਸਾਈਜ਼ ਵੀ ਨਹੀਂ ਹੋਈ। ਹਾਂਜੀ, ਇਸੇ ਕਰਕੇ ਸ਼ੂਗਰ ਵਧੀ ਹੋਊ। ਇਸੇ ਕਰਕੇ ਹਾਂਜੀ, ਕਰਕੇ ਤੁਹਾਡੀ ਕੋਈ ਐਕਸਰਸਾਈਜ਼ ਨਹੀਂ ਹੋਈ। ਹਾਂਜੀ, ਤੋ ਤੁਹਾਡੇ ਲਈ ਐਕਸਰਸਾਈਜ਼ ਕਰਨੀ ਜ਼ਰੂਰੀ ਆ। ਤੁਸੀਂ ਪਹਿਲਾਂ ਵੀ ਹਾਰਡ ਵਰਕ ਕਰਦੇ ਰਹੇ ਆ, ਤੁਹਾਡਾ ਸਰੀਰ ਕਾਫੀ ਪਹਿਲਾਂ ਫਿੱਟ ਰਹਿੰਦਾ ਹੋਊਗਾ। ਹਾਂਜੀ ਹਾਂਜੀ, ਤੇ ਹੁਣ ਨਾ ਕਰਨ ਦੇ ਨਾਲ ਤੁਹਾਡੀ ਸ਼ੂਗਰ ਵੱਧ ਗਈ ਆ। ਸੋ ਇੱਕ ਤੁਸੀਂ ਡਾਇਟ ਆਪਣੀ ਕੰਟਰੋਲ ਕਰੋ, ਤੇ ਇੱਕ ਤੁਸੀਂ ਐਕਸਰਸਾਈਜ਼ ਜ਼ਰੂਰ ਆਪਣੀ ਪੂਰੀ ਕਰੋ ਜਿੰਨੀ ਵੀ ਤੁਹਾਤੇ ਹੁੰਦੀ ਆ, ਤੇ ਤੁਹਾਡੀ ਸ਼ੂਗਰ ਡੈਫੀਨਟਲੀ ਡਾਊਨ ਆ ਜਾਊਗੀ। ਪਰ ਐਟ ਦ ਮੂਮੈਂਟ ਇਸ ਵੇਲੇ ਤੁਸੀਂ ਜਿਹੜੀਆਂ ਤੁਹਾਨੂੰ ਦਵਾਈਆਂ ਦਿੱਤੀਆਂ ਉਹ ਖਾਈ ਜਾਓ, ਤੇ ਜਿੱਦਾਂ ਤੁਹਾਡੀ ਸ਼ੂਗਰ ਕੰਟਰੋਲ 'ਚ ਆਈ ਜਾਊਗੀ ਹੈ ਨਾ, ਫਿਰ ਤੁਸੀਂ ਹੌਲੀ ਹੌਲੀ ਘਟਾ ਸਕਦੇ ਭਾਜੀ। ਨਹੀਂ, ਪਹਿਲਾਂ ਉਹ ਕਹਿੰਦੇ ਸੀ ਇੱਕ ਗੋਲੀ ਮੇਰੀ ਲੱਗੀ ਸੀਗੀ, ਸਾਲ ਹੋ ਗਿਆ ਮੈਂ ਖਾਂਦੇ ਨੂੰ, 2-3 ਸਾਲ ਹੋ ਗਏ, ਤੇ ਹੁਣ ਉਹ ਕਹਿੰਦੇ 2 ਗੋਲੀਆਂ ਖਾਣੀਆਂ ਪੈਣੀਆਂ। 2 ਠੀਕ ਹੈ ਜਾਂ ਉਹ ਨੁਕਸਾਨ ਕਰਨਗੀਆਂ? ਨਹੀਂ, ਤੁਸੀਂ 2 ਖਾ ਲਿਓ ਹੈ ਇਸ ਵੇਲੇ, ਕਰਕੇ ਜ਼ਿਆਦਾ ਹਾਈ ਆ ਤੁਹਾਡੀ ਸ਼ੂਗਰ ਹੈ ਨਾ। 77 ਹਾਈ ਹੁੰਦੀ ਹੈ? ਜ਼ਿਆਦਾ ਹਾਈ ਆ। ਹਾਂਜੀ ਅੱਛਾ ਜੀ। ਹਾਂਜੀ, ਤੁਸੀਂ ਇਸ ਵੇਲੇ 2 ਗੋਲੀਆਂ ਖਾ ਲਿਓ। ਹਾਂਜੀ, ਤੇ ਆਪਣੀ ਜਿੱਦਾਂ ਮੈਂ ਤੁਹਾਨੂੰ ਕਿਹਾ ਨਾ, ਆਪਣਾ ਲਾਈਫ ਸਟਾਈਲ ਬਦਲ ਲਓ। ਹਾਂਜੀ, ਤੇ ਜਿੱਦਾਂ ਫਿਰ ਉਹਨੇ ਟੈਸਟ ਦਾ ਨਾਲ ਦੀ ਨਾਲ ਕਰੀ ਜਾਣੀ ਸ਼ੂਗਰ, ਤੁਸੀਂ ਆਪ ਵੀ ਟੈਸਟ ਕਰ ਸਕਦੇ ਘਰ ਮਸ਼ੀਨ ਲੈ ਕੇ। ਹਾਂਜੀ ਹਾਂਜੀ, ਤੇ ਉਹ ਜਿੱਦਾਂ ਫਿਰ ਕੰਟਰੋਲ ਵਿੱਚ ਆਈ ਜਾਊਗੀ ਸ਼ੂਗਰ, ਫਿਰ ਤੁਸੀਂ ਹੌਲੀ ਹੌਲੀ ਆਪਣੀ ਗੋਲੀਆਂ ਘਟਾ ਲਿਓ। ਠੀਕ ਹੈ ਜੀ। ਅੱਛਾ, ਜੇ ਜ਼ਿਆਦਾ ਵੱਧ ਜਾਂਦੀ ਫਿਰ ਕੀ ਨੁਕਸਾਨ ਹੁੰਦਾ? ਇਹ ਭਾਜੀ ਬਹੁਤ ਕੁਛ ਨੁਕਸਾਨ ਹੋ ਸਕਦਾ ਹੈ, ਤੁਹਾਡੀਆਂ ਅੱਖਾਂ ਡੈਮੇਜ ਹੋ ਸਕਦੀਆਂ, ਨਿਗਾਹ ਜਾਂਦੀ ਲੱਗਦੀ ਲੌਂਗ ਟਰਮ ਵਿੱਚ ਜੀ, ਤੇ ਖੂਨ ਦੀਆਂ ਨਾੜੀਆਂ ਜਿਹੜੀਆਂ ਉਹ ਡੈਮੇਜ ਹੋ ਜਾਂਦੀਆਂ, ਤੇ ਇੱਕ ਖਾਸ ਕਰਕੇ ਜਿਹੜੀਆਂ ਹਾਰਟ ਦੀਆਂ ਨਾੜੀਆਂ ਹੈ ਨਾ, ਹਾਂਜੀ ਹਾਂ, ਉਹਨਾਂ 'ਤੇ ਅਸਰ ਬਹੁਤ ਹੁੰਦਾ ਹੈ, ਅਤੇ ਕਿਡਨੀਜ਼ 'ਤੇ ਵੀ, ਜਿਹੜੀ ਕਿਡਨੀਜ਼ ਦੇ ਵਿੱਚ ਵੀ ਤੁਹਾਡੇ ਬਰੀਕ ਬਰੀਕ ਖੂਨ ਦੀਆਂ ਨਾੜੀਆਂ ਹੈ, ਡੈਮੇਜ ਹੋ ਜਾਂਦੀ, ਫਿਰ ਕਿਡਨੀ ਫੇਲੀਅਰ ਵੀ ਹੋ ਸਕਦਾ ਹੈ। ਪੈਰਾਂ ਦੇ ਵਿੱਚ ਕੀ? ਹਾਂ, ਪੈਰਾਂ ਦੀ ਡੈਸਰਾਈਡ ਜਿਹੜੀਆਂ ਨਰਵ ਸਿਸਟਮ ਹੈ ਤੁਹਾਡਾ, ਨਰਵਸ ਜਾਂ ਪੈਰਾਂ ਦੇ ਵਿੱਚ, ਉਹਦੇ ਵਿੱਚ ਉਹ ਵੀ ਡੈਮੇਜ ਹੋ ਜਾਂਦੀ, ਜਲਣ ਹੋਣ ਲੱਗ ਪੈਂਦੀ ਫਿਰ ਪੈਰਾਂ ਦੇ ਵਿੱਚ। ਠੀਕ ਹੈ ਠੀਕ ਹੈ। ਹਾਂਜੀ, ਸੋ ਕਈ ਕੁਛ ਹੁੰਦਾ ਹੈ, ਇਹ ਇੱਕ ਨਹੀਂ, ਬਹੁਤ ਕੁਛ, ਸਾਰੀ ਬੋਡੀ 'ਤੇ ਇਫੈਕਟ ਪੈਂਦਾ ਜਾਣ ਕੇ ਸ਼ੂਗਰ ਦਾ। ਮਤਲਬ ਕਿ ਐਕਸਰਸਾਈਜ਼ ਜ਼ਿਆਦਾ ਕਰਨੀ ਚਾਹੀਦੀ ਹੈ? ਐਕਸਰਸਾਈਜ਼ ਬਿਲਕੁਲ, ਜਿਹੜੀ ਐਕਸਰਸਾਈਜ਼ ਜ਼ਿਆਦਾ ਸ਼ੂਗਰ ਬਣਦੀ ਹੈ ਤੁਹਾਡੀ ਬੋਡੀ ਵਿੱਚ, ਉਹਨੂੰ ਸਾੜਨਾ ਪੈਂਦਾ ਹੈ। ਹਾਂਜੀ, ਸੋ ਜਾਂ ਤੁਸੀਂ ਗੋਲੀਆਂ ਲੈ ਕੇ ਉਹਨੂੰ ਸਾੜੋ, ਜਾਂ ਤੁਸੀਂ ਐਕਸਰਸਾਈਜ਼ ਨਾਲ ਸਾੜ ਲਓ। ਹਾਂਜੀ, ਜਾਂ ਡਾਇਟ ਨਾਲ ਕੰਟਰੋਲ ਕਰ ਲਓ। ਸੋ ਸਭ ਕੁਛ ਇਹ ਤੁਸੀਂ ਕੋਸ਼ਿਸ਼ ਕਰੋ ਤੇ। ਅੱਛਾ, ਜਾਣੀ ਮੇਰੀ ਫੇਵਰੇਟ ਮਠਿਆਈ ਬੇਸਣ ਸੀਗਾ, ਖਾ ਸਕਦੇ ਕਿ ਨਹੀਂ? ਨਹੀਂ ਭਾਜੀ, ਬਿਲਕੁਲ ਨਹੀਂ, ਤੁਸੀਂ ਸ਼ੂਗਰ ਬਿਲਕੁਲ ਬੰਦ ਕਰਨੀ ਹੈ। ਲੇਕਿਨ ਮੈਂ ਥੋੜੀ ਜਿਹੀ ਬਲਬੀਰ ਸਾਹਿਬ ਦੀ ਉਹਨਾਂ ਦੀ ਗੱਲ ਕਰ ਲੈਣਾ। ਜਿੱਦਾਂ ਡਾਕਟਰ ਸਾਹਿਬ, ਜਦੋਂ ਲੋਕਡਾਊਨ ਹੋਇਆ, ਨੰਬਰ 1 ਬਹੁਤ ਦੁਨੀਆ ਬਿਮਾਰ ਹੋਈ ਉਸ ਟਾਈਮ ਦੇ ਵਿੱਚ, ਔਰ ਬਾਕੀ ਜਦੋਂ ਬੰਦਾ ਰਿਟਾਇਰ ਹੁੰਦਾ ਨਾ, ਕਿਉਂਕਿ ਲਾਈਫ ਸਟਾਈਲ ਟੋਟਲੀ ਚੇਂਜ ਹੋ ਜਾਂਦੀ। ਅੱਛਾ, ਉਦੋਂ ਤੁਸੀਂ ਰਿਟਾਇਰ ਹੋ ਗਏ, ਤੁਸੀਂ ਵਿਹਲੇ ਹੋ ਗਿਆ, ਤੁਹਾਡਾ ਧਿਆਨ ਕਿਤੇ ਨਹੀਂ ਹੈਗਾ, ਖਾਣ ਪੀਣ 'ਚ ਰਹਿ ਜਾਂਦਾ ਸਾਰਾ, ਫਿਰ ਤੁਸੀਂ ਤੁਰਦੇ ਫਿਰਦੇ ਨਹੀਂ ਹੈ, ਕੰਮ 'ਤੇ ਜਾਣਾ, ਬੱਸ ਜਾਣਾ, ਟ੍ਰੇਨ ਜਾਣਾ, ਦੌੜ ਭੱਜ ਕਰਨੀ, ਉਹ ਐਕਸਰਸਾਈਜ਼ ਹੋ ਜਾਂਦੀ ਇੱਕ ਤਰ੍ਹਾਂ ਦੀ, ਵਾਕਿੰਗ ਦੇ ਨਾਲ। ਸਾਰਿਆਂ ਨੂੰ ਵੱਡੀ ਗੱਲ, ਸਾਰਿਆਂ ਨੂੰ ਚੰਗੀ ਗੱਲ ਹੈਗੀ, ਐਕਸਰਸਾਈਜ਼ ਵਾਕ ਕਰੋ, ਜਿੰਨਾ ਲੰਮਾ ਵਾਕ ਕਰ ਸਕਦੇ ਉਨਾ ਬੈਟਰ ਹੈਗਾ। ਡਾਇਟ ਕੰਟਰੋਲ ਕਰੋ ਅਤੇ ਵਾਕ ਕਰੋ। ਭਾਜੀ, ਜਿਹੜਾ ਬੰਦਾ ਡਾਇਬੈਟਿਕ ਹੋਵੇ ਨਾ, ਉਹਨੂੰ ਬਹੁਤ ਦਿਲ ਕਰਦਾ ਮਿੱਠਾ ਖਾਣ ਨੂੰ, ਕੁਛ ਨਾ ਕੁਛ, ਜਿੱਦਾਂ ਬੇਸਣ ਦੀ ਗੱਲ ਕਰਦੇ ਆ, ਤੁਹਾਨੂੰ ਮਿੱਠਾ ਬਿਲਕੁਲ ਬੰਦ ਕਰਨਾ ਪਏਗਾ। ਜਦ ਤੱਕ ਤੁਹਾਡੀ ਸ਼ੂਗਰ ਲੈਵਲ ਲੋਅ ਨਹੀਂ ਹੁੰਦੀ, ਫਿਰ ਕਦੀ ਨਾ ਕਦੀ ਵੀਕ 'ਚ ਕਦਾ ਕੋਈ ਚੀਜ਼ ਖਾ ਲਏ ਮਾੜੀ ਨਹੀਂ ਹੈਗੀ, ਕਿਉਂਕਿ ਇੱਕਦਮ ਲੋਅ ਵੀ ਖਰਾਬ ਹੋ ਜਾਂਦੀ ਹੈ ਡਾਕਟਰ ਸਾਹਿਬ। ਹਾਂਜੀ ਹਾਂਜੀ, ਦੈਟਸ ਰਾਈਟ, ਇੱਕਦਮ ਤੁਹਾਡੀ ਸ਼ੂਗਰ ਡਾਊਨ ਵੀ ਜਾ ਸਕਦੀ ਆ, ਕਿਉਂਕਿ ਜਿਹੜੀਆਂ ਤੁਸੀਂ ਗੋਲੀਆਂ ਖਾਂਦੇ ਉਹਨਾਂ ਦਾ ਫੰਕਸ਼ਨ ਉਹੀ ਆ ਵੀ ਸ਼ੂਗਰ ਨੂੰ ਡਾਊਨ ਕਰਨ ਦਾ, ਅਤੇ ਸੋ ਪਰਹੇਜ਼ ਕਰਨਾ ਜ਼ਰੂਰੀ ਆ। ਹਾਂਜੀ ਭਾਜੀ, ਵੇਟ ਤੁਹਾਡਾ ਵੱਧਦਾ, ਵੇਸਟ ਲਾਈਨ ਵੱਧਦੀ ਹੈਗੀ ਆ, ਘਰ ਬੈਠੇ ਹੋ, ਵਿਹਲੇ ਹੈਗੇ ਹੋ, ਕਿਉਂਕਿ ਵਿਹਲੇ ਹੋ ਕੇ ਤਾਂ ਬਿਮਾਰੀਆਂ,
एक तुम दस दो इंग्लिश कहते मदर ऑफ ऑल डिजीज जी डायबिटीज है ना ये सारी बीमारियों की माँ है। तुम पूछते ना होर के बीमारियाँ हर तरह की बीमारी थोड़े जिन्हें भी जिंदगी अपने बॉडी ऑर्गन है वो डैमेज हो सकते हैं अखा तो लैके किडनी तक लिवर तक सारे शरीर पर असर होता है। ये माँ है बीमारिया की बड़ी डेंजरस है वरी नहीं करनी लेकिन हौसला रख के अपनी डाइट कंट्रोल करो मिठा बिल्कुल बंद करो जिदा डॉक्टर ने कहा सब्जियां खाओ सैलड खाओ वॉक करो जिन्नी वॉक कर सकते हो अपना वेस्ट लाइन तो अपना वेट ना बदल दवो अपना पेट देखो जे वादा तो उत्तर शुगर की भी निशानी हो जाती है। हाँ जी दैट्स राइट वो तो मतलब तुम एक्स ज़्यादा एक्सैस खा रहे हैं वो फिर स्टोर कर लग पी बॉडी तो आदमियों के जाने कि इतने पेट तो ज़्यादा बढ़ता है उत्तर स्टोरेज होंगी रही फैट बन के तो मैं शक पी इन शुगर थोड़ी जी पहला सगी चेर तो हाँ जी तो पर करके हार्ड वर्क काम करते फुल टाइम काम करते है ना कंट्रोल च रही सी इन दी ठीक है। तो हुण जदों लॉकडाउन होया नाल ही रिटायर हो गए तो बिल्कुल इन दी एक्सरसाइज घट गई तो वो फिर शुगर शो होने लग पे शो अप होने डॉक्टर बड़ी अच्छी गल है जो तुम अपना लाइफ स्टाइल चेंज कर लो जो स्ट्रोंग दौड़ो भजे ना थोड़ी बीमारी है लेकिन दबी रही दबी रही और निकलती नहीं क्योंकि थोड़ा इम्यून सिस्टम स्ट्रोंग है थोड़ी बॉडी स्ट्रोंग है तुम एक्सरसाइज करते हो वो होर रस्ते थोड़ी शुगर डिल्यूट होकर निकल जाती है। हाँ जी दैट्स राइट हाँ जे ये भी इदा ही जिदा ब्लड प्रेशर आप कहने ना कई बार पता ही नहीं लगता है पता नहीं लगता शुगर का भी इदा ही है वो कई चेर पता ही नहीं लगता बंदे मैंने शुगर हैगी करके काम च बिजी रहिंदे आ एक्सरसाइज काम दे नाल हो जाती है तो खुराक जी फिर हजम हो ही जाती है नाल दी नाल शुगर सड़ती रहती कम करद But 77 is very high, na? हाँ, 77 very high, हाँ, very high. Right, it's very dangerous. भाजी जरा ख्याल रखो अपना असी थोड़ी जी ब्रेक लेने हैं प्लीज डोंट गो टू फार तुसी कॉल करना ब्रेक तो बाद फिर मुलाकात कर दें जी सत श्री अकाल द सैकेंड पार्ट यू नो बड़ी इंट्रस्टिंग गल्ला होंगे जो एक अद्धा मेरे की सानू ब्रेक मिली कोई भैन ट्राई कर रही है सानू कॉल करन दी मैं एवरी 5-10 मिनट बाद नंबर रीड आउट कर दें स्क्रीन उपर नंबर आ रहा है प्लीज़ तुसी लंडन स्टूडियो का बेशक शो लंडन स्टूडियो तो आंदा है साडा सिस्टम हैगा जरा कॉल सेंटर उत्थों कॉल सारे कंट्रोल किए जाते हैं 01215511001 मैं हर 10-15 मिनट नंबर रिपीट करता स्क्रीन उपर हैगा और फिर भी पहला कोई भाई है लंडन नंबर स्टूडियो का कॉल करते हैं वो असं आंसर नहीं करेंगे बिकॉज सारा सिस्टम नहीं है सिस्टम बर्मिंघम तो थ्रू हों एक सिस्टम रखे उन्होंने प्लीज़ फॉलो करो तो मैंने पहला शो तो कंप्लेन करते कि थ्रू नहीं हो रहा मैंने बड़ा फील हो रहा है इनवैसटिगेट किया पता लग्या कि तुम गलत नंबर डायल करी जा रहे हो उम्मीद रखता तुम राइट नंबर कॉल करोगे जी डॉक्टर साहब आप हमने बीमारी की गल करते हैं यू नो मैं हमेशा जो कहना तुम कॉल करते हो बड़ा अच्छा लगता कि असं उस पर्सनल इन डिटेल गल करके होर लोगों की मदद हो जाती है डॉक्टर हूँ यदा तो बहुत हाई हैगा सो यदा लो क्यों नहीं हो रहा बिकॉज डायट वो डायट नहीं चेंज हो रही। हाँ जी भाजी सर डायट वो उन्हीं पहला जिदा उन्हें जो काम करते डायट उन्होंने उ हाँ जी खुराक उन्नी आ बिल्कुल सो जो काम करते नाल दी नाल कैलरी सड़ते रहते शुगर सड़ती रही सी हाँ जी काम करने जो फूड जिहड़ा जांदा सी ब्लड स्ट्रीम विच यूज़ अप हो जांदा सी हाँ जी तो हुण वह वेले आ हाँ जी ना वो बाहर जाते लॉकडाउन करके अंदर ही रहिंदे ना उन्हां दी कोई एक्सरसाइज हुंदी है ना कोई काम आ वह हुण जिन्नी खुराक उन्नी खाई जांदे आ तो वह ब्लड विच जाई जांदी जमा होई जांदी आ हाँ जी सो प्रोसैस नहीं होंगी लॉकडाउन से बंदे का बहुत नुकसान मेंटली भी बहुत होया हाँ जी चलो आप पहले कॉल लेने फिर हेलो जी सत श्री अकाल हेलो हेलो हाँ जी सत श्री अकाल जी अपना नाम दसना चाहोगे और कितों बोलते हो मलकीत सिंह बोलता है पेंसबरी तो हाँ जी स्वागत करते हैं तुम डॉक्टर जी गल करो हम तो जवाब देंगे सत श्री अकाल डॉक्टर जी सत श्री अकाल जी ਮੈਨੂੰ ਮੇਰੇ ਗੋਲ ਬਲੈਡਰ ਸੀਗਾ ਗਲ ਬਲੈਡਰ ਇਹ ਕੱਢਣ ਤੋਂ ਬਾਅਦ ਮੈਨੂੰ ਆਰਥਰਾਈਟਸ ਬੋਡੀ ਨੂੰ ਸ਼ੁਰੂ ਹੋ ਗਿਆ ਹੈਗਾ ਹਾਂਜੀ ਗੋਲ ਬਲੈਡਰ ਕੱਢਿਆ ਗਿਆ ਜੀ ਹੈ ਗੋਲ ਬਲੈਡਰ ਕੱਢ ਦਿੱਤਾ ਹਾਂਜੀ ਕੱਢਤਾ ਸੀਗਾ ਉਸ ਤੋਂ ਬਾਅਦ ਮੈਂ ਠੀਕ ਹੋ ਗਿਆ ਸੀਗਾ ਆਰਾਮ ਆ ਗਿਆ ਸੀ ਬੜਾ ਸੋਹਣਾ ਮੈਂ ਠੀਕ ਠਾਕ ਸੀਗਾ ਦੋ ਦੋ ਤਿੰਨ ਤਿੰਨ ਮੀਲ ਤੁਰਨ ਜਾਂਦਾ ਸੀਗਾ ਉਹ ਦੋ ਮਹੀਨੇ ਕੁ ਬਾਅਦ ਫਿਰ ਮੈਨੂੰ ਆਹ ਆਰਥਰਾਈਟ ਹੱਥਾਂ ਨੂੰ ਮਾੜੀ ਜਿਹਾ ਸ਼ੁਰੂ ਹੋਇਆ ਹੱਥਾਂ ਤੋਂ ਕਦੇ ਹੁਣ ਗੋਡਿਆਂ 'ਚ ਚੱਲ ਜਾਂਦਾ ਕਦੇ ਮਾਰਾਂ 'ਚ ਚੱਲ ਜਾਂਦਾ ਕਦੇ ਕਿਤੇ ਚੱਲ ਜਾਂਦਾ ਕਦੇ ਕਿਤੇ ਚੱਲ ਜਾਂਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ
ਸੋ ਐਦਾਂ ਹੁੰਦਾ ਵਾ ਜੀ, ਕਈ ਵਾਰੀ ਬਿਮਾਰੀ ਇੱਕ ਅੰਗ ਵਿੱਚ ਹੁੰਦੀ ਆ, ਹੈ ਨਾ, ਅਤੇ ਉਹ ਜਦੋਂ ਉਹ ਬਿਮਾਰੀ ਨੂੰ ਉੱਥੋਂ ਸਪਰੈਸ ਕੀਤਾ ਜਾਂਦਾ ਆ ਜਾਂ ਉਹ ਔਰਗਨ ਜਿਹੜਾ ਆ ਉਹ ਅੰਗ ਕੱਢਿਆ ਜਾਂਦਾ ਆ, ਉਹ ਬਿਮਾਰੀ ਨੇ ਫਿਰ ਕਿਤੇ ਨਾ ਕਿਤੇ ਜਾਣਾ ਹੀ ਹੁੰਦਾ ਆ, ਅਤੇ ਉਹ ਕਈ ਵਾਰੀ ਫਿਰ ਉਹ ਹੋਰ ਔਰਗਨ ਵਿੱਚ ਪਹੁੰਚ ਜਾਂਦੀ ਬਿਮਾਰੀ। ਹਾਂਜੀ, ਅਤੇ ਮੇਰਾ ਖਿਆਲ ਤੁਹਾਡੇ ਇਹੀ ਪ੍ਰੋਬਲਮ ਹੋਇਆ ਪਈ, ਗੋਲ ਬਲੈਡਰ 'ਚ ਬਿਮਾਰੀ ਸੀਗੀ ਅਤੇ ਉਹ ਗੋਲ ਬਲੈਡਰ ਤਾਂ ਕੱਢ ਦਿੱਤਾ, ਪਰ ਜਿਹੜੀ ਬਿਮਾਰੀ ਆ ਉਹ ਇੱਕ ਐਨਰਜੀ ਲੈਵਲ 'ਤੇ ਹੁੰਦੀ ਆ। ਹਾਂਜੀ, ਉਹ ਐਨਰਜੀ ਲੈਵਲ 'ਤੇ ਉੱਥੋਂ ਫਿਰ ਸ਼ਿਫਟ ਹੋ ਜਾਂਦੀ ਹੋਰ ਕਿਸੇ ਔਰਗਨ ਵਿੱਚ, ਅਤੇ ਕਈ ਵਾਰੀ ਇੱਦਾਂ ਦੇਖਿਆ ਪਈ ਲੋਕਾਂ ਦੇ ਸਕਿਨ 'ਤੇ ਬਿਮਾਰੀ ਹੁੰਦੀ ਹੈ ਐਕਸਮਾ, ਅਤੇ ਉਹਨਾਂ ਨੂੰ ਸਟੈਰੋਇਡ ਕਰੀਮ ਦਿੰਦੇ ਸਟਰੋਂਗ ਜੀ, ਅਤੇ ਉੱਥੋਂ ਉਹ ਦਵਾ ਹੋ ਜਾਂਦੀ, ਸਕਿਨ ਠੀਕ ਹੋ ਜਾਂਦਾ ਪਰ ਉਹਨਾਂ ਨੂੰ ਐਸਥਮਾ ਹੋ ਜਾਂਦਾ। ਹਾਂਜੀ, ਸੋ ਉਹ ਬਿਮਾਰੀ ਅੰਦਰ ਨੂੰ ਚਲੇ ਜਾਂਦੀ ਜਾਣੀ ਕਿ। ਸੋ ਇੱਦਾਂ ਕਈ ਵਾਰੀ ਦੇਖਿਆ, ਅਤੇ ਇਹ ਹੁਣ ਐਲੋਪੈਥੀ ਵਿੱਚ ਵੀ ਹੁਣ ਥੋੜ੍ਹਾ ਜਿਹਾ ਇਹਨਾਂ ਨੂੰ ਪਤਾ ਲੱਗਿਆ, ਸਾਨੂੰ ਤਾਂ ਹੋਮਿਓਪੈਥੀ ਨੂੰ 100 ਸਾਲ ਤੋਂ ਪਤਾ ਹੈ ਵੀ ਇੱਦਾਂ ਹੁੰਦਾ, ਵੀ ਐਲੋਪੈਥੀ ਵਿੱਚ ਨਹੀਂ ਮੰਨਿਆ ਜਾਂਦਾ ਸੀ, ਪਰ ਹੁਣ ਰੀਸੈਂਟਲੀ ਆ 2-3 ਸਾਲ ਹੋਏ ਇਹਨੇ ਦੇਖਿਆ ਵੀ ਕੁਛ ਬਹੁਤ ਸਟਰੋਂਗ ਉਹਨੀ ਗੋਲੀਆਂ ਕੱਢੀਆਂ ਸੀਗੀਆਂ ਆਰਥਰਾਈਟਿਸ ਲਈ, ਅਤੇ ਉਹ ਸਟਰੋਂਗ ਗੋਲੀਆਂ ਨਾਲ ਜਾਣੀ ਕਿ ਆਰਥਰਾਈਟਿਸ ਦਵਾ ਹੋ ਜਾਂਦਾ ਸੀ, ਅਤੇ ਉਹ ਉਹਨੀ ਬੜੀ ਖੁਸ਼ੀ ਮਨਾਈ ਪਈ ਇੱਦਾਂ ਦੀ ਸਾਨੂੰ ਦਵਾਈ ਲੱਭ ਪਈ ਆ, ਵੀ ਇਹ ਬਹੁਤ ਸਟਰੋਂਗ ਆ, ਬਹੁਤ ਵਧੀਆ ਕੰਮ ਕਰਦੀ ਆ। ਪਰ ਕੁਛ ਉਹ 2 ਸਾਲਾਂ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜੋੜਾਂ ਤੋਂ ਤਾਂ ਬਿਮਾਰੀ ਠਾ ਦਿੰਦੀ ਆ ਪਰ ਲੋਕਾਂ ਨੂੰ ਹਾਰਟ ਅਟੈਕ ਹੋ ਜਾਂਦੇ ਆ, ਹਾਂ, ਕਰਕੇ ਉੱਥੋਂ ਸ਼ਿਫਟ ਹੋ ਜਾਂਦੀ ਸੀ ਬਿਮਾਰੀ। ਹੁਣ ਦੇਖ ਰਿਹਾ ਸਾਇੰਟਿਸਟਾਂ ਨੇ ਕਿਹਾ ਹੈਗਾ ਪੇਪਰ ਜਿਸਕਾ ਵੀ ਮਤਲਬ NHS ਤੇ ਕੋਈ ਦਵਾ ਹੋਣ ਵਾਲੀ ਹੈਗੀ ਆ, ਰਿਸਰਚ ਕਰਕੇ ਲੱਭੀ ਹੈਗੀ ਆ, ਪਤਾ ਨਹੀਂ ਕਦੋਂ ਆਉਣੀ ਹੈਗੀ ਆ ਉਹ। ਹਾਂਜੀ, ਇੱਦਾਂ ਭਾਅ ਜੀ ਨਵੀਆਂ ਦਵਾਈਆਂ ਨਿਕਲਦੀਆਂ ਰਹਿੰਦੀਆਂ, ਅਤੇ ਉਹ ਸਟਰੋਂਗ ਤੋਂ ਸਟਰੋਂਗ ਦਵਾਈਆਂ ਉਹ ਰੀਸਰਚ ਕਰਦੇ ਰਹਿੰਦੇ ਆ ਵੀ ਬਿਮਾਰੀ ਨੂੰ ਦਬਾਉਣ ਲਈ, ਪਰ ਇਹਨਾਂ ਦੀ ਸਮਝ 'ਚ ਨਹੀਂ ਹੈਗਾ ਵੀ ਜੇ ਇੱਕ ਥਾਂ ਤੋਂ ਦਵਾ ਦਿਉ ਬਿਮਾਰੀ ਨੂੰ, ਉਹ ਸਮਾਂ ਕਿ ਹੋਰ ਡੂੰਘੀ ਚਲੀ ਜਾਂਦੀ ਹੋਰ ਕਿਤੇ ਬਿਮਾਰੀ। ਪ੍ਰੋਬਲਮ ਇਹ ਪੈਂਦੀ, ਐਡਵਾਈਸ ਕਰਦੇ ਆ ਫੂਡ ਵਾਈਜ਼ ਜਾਂ ਮਤਲਬ ਦਵਾਈ ਵਾਈਜ਼ ਵੀ ਕਿਹੜੀ ਦਵਾ ਤੁਸੀਂ ਦੇ ਸਕਦੇ ਜਾਂ ਕੀ ਹੈਗਾ ਕੋਈ ਦਵਾ ਤੁਹਾਡੇ ਕੋਲ, ਜਾਂ ਮਤਲਬ ਫੂਡ ਵਾਈਜ਼ ਕੀ ਐਡਵਾਈਸ ਕਰਦੇ, ਕੀ ਖਾਵਾਂ? ਹਾਂਜੀ ਭਾਈ, ਕੀ ਖਾਵਾਂ? ਨਟਸ, ਇੰਟਰਨੈਟ ਤੇ ਕਹਿੰਦੇ ਨਟਸ ਨਾ ਖਾਓ, ਕੋਈ ਚੀਜ਼ਾਂ ਉਹ ਕਹਿੰਦੇ ਵੀ ਵੈਜ ਨਾ ਖਾਓ, 5-6 ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਾ ਖਾਓ। ਹਾਂਜੀ ਭਾਅ ਜੀ, ਮੈਂ ਤੁਹਾਨੂੰ ਦੱਸਦਾ ਆਪਣੀ ਐਕਸਪੀਰੀਅੰਸ ਤੋਂ ਦੱਸਦਾ। ਹਾਂਜੀ, ਤੇ ਇੱਕ ਤਾਂ ਤੁਹਾਨੂੰ ਡਾਇਟ ਚੇਂਜ ਕਰਨੀ ਪੈਂਦੀ ਆ, ਕਿਉਂਕਿ ਜਿਹੜੀਆਂ ਬਾਏ ਵਾਲੀਆਂ ਚੀਜ਼ਾਂ ਠੰਡੀਆਂ ਜ਼ਿਆਦਾ ਚੀਜ਼ਾਂ ਆਪਾਂ ਗਿਣੀਆਂ ਜਾਂਦੀਆਂ, ਹੈ ਨਾ, ਤਾਂ ਉਹ ਤੁਹਾਡੇ ਜੋੜਾਂ ਨੂੰ ਤਕਲੀਫ ਦਿੰਦੀਆਂ ਆ ਜੀ, ਅਤੇ ਇਹ ਮੁਲਕ ਵੀ ਇੱਥੇ ਬਹੁਤ ਠੰਡਾ, ਤੁਹਾਨੂੰ ਪਤਾ ਡੈਂਪ ਆ, ਅਤੇ ਇਹਦਾ ਅਸਰ ਵੀ ਹੁੰਦਾ ਹੈ ਸਾਡੇ ਸਰੀਰ 'ਤੇ। ਹਾਂਜੀ, ਅਤੇ ਬਾਕੀ ਐਕਸਰਸਾਈਜ਼ ਜ਼ਰੂਰੀ ਆ। ਹਾਂਜੀ, ਅਤੇ ਨਾਲ ਉਹਦੀ ਅਸੀਂ ਹੋਮਿਓਪੈਥਿਕ ਦਵਾਈ ਦੇ ਦੀ ਆ, ਅਤੇ ਉਹ ਤਕਰੀਬਨ ਕੇਸ ਠੀਕ ਹੋ ਜਾਂਦੇ ਆ। ਹਾਂਜੀ, ਅੱਛਾ, ਤੁਸੀਂ ਨਾ ਨੰਬਰ ਲੈ ਕੇ ਆਓ ਸਾਡੇ ਕਾਲ ਸੈਂਟਰ ਤੋਂ, ਸਪੈਸ਼ਲ ਨੰਬਰ ਡਾਕਟਰ ਦਾ, ਜੋ ਤੁਸੀਂ ਮੰਡੇ ਵੈਨਸਡੇ ਫਰਾਈਡੇ 10 ਤੋਂ 11 ਕਾਲ ਕਰਨਾ, ਕਿਉਂਕਿ ਪਹਿਲਾਂ ਤੁਹਾਡੇ ਕੰਸਲਟੇਸ਼ਨ ਡਾਕਟਰ ਜੀ ਗੱਲ ਕਰਨਗੇ, ਬੜੇ ਸਵਾਲ ਪੁੱਛਣੇ ਹੁੰਦੇ ਨੇ, ਕੋਈ ਲਾਈਫ ਸਟਾਈਲ ਹੁੰਦਾ, ਪਰਸਨਲ ਸਵਾਲ ਹੁੰਦੇ ਨੇ, ਇਸ ਤਰ੍ਹਾਂ ਡਾਕਟਰ ਜੀ ਡਾਇਗਨੋਸ ਕਰਕੇ ਫਿਰ ਤੁਹਾਨੂੰ ਪ੍ਰਸਕ੍ਰਾਈਬ ਕਰਦੇ ਮੈਡੀਕੇਸ਼ਨ। ਸੋ ਪਹਿਲਾ ਕਾਲ ਤੁਸੀਂ ਸੁਬਾਹ ਕਰਨਾ ਜਾਂ ਮੰਡੇ ਜਾਂ ਵੈਨਸਡੇ ਦਾ ਫਰਾਈਡੇ ਕੰਸਲਟੇਸ਼ਨ ਲਈ, ਫਿਰ ਡਾਕਟਰ ਜੀ ਤੁਹਾਨੂੰ ਇਲਾਜ ਦੱਸਣਗੇ, ਅਤੇ ਉਦੋਂ ਬਾਅਦ ਤੁਹਾਨੂੰ ਦਵਾ ਭੇਜਣਗੇ, ਅਤੇ ਉਮੀਦ ਰੱਖਦੇ ਆ ਤੁਹਾਨੂੰ ਫਰਕ ਪੈ ਜਾਏਗਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ। ਡਾਕਟਰ ਜੀ, ਹੁਣ ਅੱਜ ਜੇ ਮੈਂ ਗੱਲ ਕਰਦਾ ਇਹਨਾਂ ਦੀ ਬਿਮਾਰੀ ਦੀ, ਦੇਖੋ ਕਿੱਦਾਂ ਕਿੱਥੋਂ ਕਿੱਥੇ ਫੈਲ ਜਾਂਦੀ ਹੈ, ਇਹ ਤੁਹਾਡਾ ਬੋਡੀ ਦਾ ਵੀਕ ਪੁਆਇੰਟ ਲੱਭ ਲੈਂਦੀ ਹੈ ਬਿਮਾਰੀ, ਉੱਥੇ ਬੈਠ ਜਾਂਦੀ ਜਾ ਕੇ। ਬਿਲਕੁਲ, ਜਦੋਂ ਬਿਮਾਰੀ ਸ਼ੁਰੂ ਹੁੰਦੀ ਆ, ਜਿੱਥੇ ਵੀ ਤੁਹਾਡਾ ਵੀਕ ਪੁਆਇੰਟ ਆ ਉੱਥੋਂ ਪਹਿਲਾਂ ਸ਼ੁਰੂ ਹੋਣੀ ਭਾਅ ਜੀ। ਕਮਾਲ ਗੱਲ, ਦੈਟਸ ਰਾਈਟ। ਹਾਂਜੀ ਹਾਂਜੀ, ਅਤੇ ਇੱਦਾਂ ਫਿਰ ਉਹਨੂੰ ਜਾਂ ਤਾਂ ਉਹ ਠੀਕ ਹੋ ਜਾਂਦੀ ਆ, ਜੇ ਨਹੀਂ ਠੀਕ ਹੁੰਦੀ ਤਾਂ ਐਲੋਪੈਥੀ ਦਵਾਈਆਂ ਕਈ ਵਾਰੀ ਉਹਨੂੰ ਦਵਾ ਵੀ ਸਕਦੀਆਂ, ਦਵਾਉਂਦੇ ਆ ਤਾਂ ਉਹ ਬਿਮਾਰੀ ਸਮਾਂ ਕਿ ਹੋਰ ਕਿਸੇ ਡੂੰਘੇ ਔਰਗਨ ਵਿੱਚ ਪਹੁੰਚ ਜਾਂਦੀ ਆ। ਹਾਂਜੀ, ਸੋ ਇੱਦਾਂ ਦੇ ਬਹੁਤ ਕੇਸ ਦੇਖੀ ਦੇ ਆ, ਅਤੇ ਸਿਆਣਿਆਂ ਦੇ ਕਈ ਕਈ ਬਿਮਾਰੀਆਂ ਉਹਨਾਂ ਨੂੰ ਹੋਈਆਂ ਆ, ਹੈ ਨਾ, ਅਤੇ ਉਹ ਇੰਨੀਆਂ ਬਿਮਾਰੀਆਂ ਕਿੱਦਾਂ ਇਕੱਠੀਆਂ ਹੋ ਸਕਦੀਆਂ ਤੁਸੀਂ ਸੋਚਦੇ, ਹੈ ਨਾ। ਇਹੀ ਆ ਵੀ ਉਹ ਜਿਹੜਾ ਸਿਸਟਮ ਆ, ਕਿਊਰ ਕਿਤੇ ਹੁੰਦਾ ਨਹੀਂ ਗਾ, ਅਤੇ ਉਹ ਗਾਹਾਂ 'ਤੇ ਗਾਹਾਂ ਫੈਲਦੀ ਰਹਿੰਦੀ ਬਿਮਾਰੀ। ਆਪਾਂ ਇੱਕ ਹੋਰ ਕਰ ਲੈਂਦੇ ਹਾਂ, ਫਿਰ ਆਪਾਂ ਗੱਲ ਕਰਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਹਾਂਜੀ ਭਾਅ ਜੀ, ਕੌਣ, ਕਿੱਥੋਂ ਬੋਲਦੇ ਹੋ, ਆਪਣਾ ਨਾਮ ਦੱਸਣਾ ਚਾਹੋਗੇ? ਆਪਸ ਗੱਲਾਂ ਕਰਦੇ ਹੋ, ਪਤਾ ਨਹੀਂ ਟੀਵੀ ਦੇਖਦੇ ਹੋ, ਤੇ ਹੋਰ ਲੋਕਾਂ ਨੇ ਬੜਾ ਕਾਲ ਕਰਨਾ ਹੁੰਦਾ, ਤੁਹਾਡਾ ਟਾਈਮ ਵੇਸਟ ਹੋ ਰਿਹਾ। ਤੁਸੀਂ ਹੈਗੇ ਲਾਈਨ ਦੇ ਉੱਪਰ?
चलो मतलब लाइन ड्रॉप हो गई है। प्लीज जो तुम कॉल कर दो अपनी कन्वर्सेशन ना करो या टीवी ना देखो, टाइम बड़ा इंपोर्टेंट है, बड़ी फास्ट चलता, बड़े लोग ट्राई करते होंगे फिर उन्होंने नंबर नहीं लगता, तो हर नूं असीं मौका देना चाहते हैं। डॉक्टर साहब इस बीमारी की गल एक देना कई बहुत लोगों का पहले तो उन्होंने शुगर दस उन्हों की लोड़ नहीं हो रही, तुम थोड़ा बहुत दसा कि डाइट वगैरह करे एक्सरसाइज करे, कहीं तो ब्लड प्रेशर नहीं लो हों, बड़े कुछ भी खाते रहते लो नहीं जाता, वो ऐसा क्यों होंगे? हाँ जी वो होंगे उन्होंने स्ट्रैस सिचुएशन जो मैंटल स्ट्रैस है ना वो नहीं लाते अपना। हाँ जी क्यों वो लोड़ नहीं होंगे स्ट्रैस? हाँ वो नहीं जाता है ना, प्रॉब्लम तो यह है कि घर में कोई प्रॉब्लम होंगे है ना, कोई रिलेशनशिप प्रॉब्लम होंगे आ तो कि हल लभन दिस इज़ द प्रॉब्लम है ना, बड़ी कमाल की गल है। और 24 आवर उन्होंने दिमाग से स्ट्रैस रहा है। हाँ जी पर डॉक्टर मैं आप सुन देखो मैं हमेशा कह दिया प्लीज़ मैं हमेशा कह दिया कॉल चैनल प्रॉब्लम देखा करो, डिफरेंट डिफरेंट असं शो करते हैं, सिर्फ डॉक्टर का नहीं होंगे इमीग्रेशन के होर बड़े शो होंगे ने, देखा करो बड़ी नॉलेज मिलती है। तो मेरा सवाल पीछे रह गया, आप एक कॉल होल लें। हैलो जी सत श्रीकाल। हेलो सत श्रीकाल जी, अपना नाम दसना चाहोगे कितों बोलते हो? हाँ जी मैं परमजीत कौर बोल रही हूँ। हाँ जी तो मैं शोर्ट से शोर्ट कहते पिछे पूछ रही हूँ कि मैं ना जिदा साइटिका हुई है यदा भी कुछ हैगा है ट्रीटमेंट वगैरह जिदा साइटिका का? हाँ जी भैन जी, सो साइटिका हो सकती है जो हो सकती पे जी थोड़े नर्व या है ना साइटिक नर्व ये लोअर बैक तो आती है सारी लत्त पैर ती जाती है। हाँ जी कई बार ये जी रीह की हड्डी है मणके है वह स्ट्रैप हो जाती है। हाँ जी अच्छा जे ट्रैप हो जाए तो भी दर्द पैदा ये तो फिर आप एडवाइज करते हैं तो ऑस्टियोपैथ या कायरोपैक्टर से जाके है ना उन्होंने रिलीज करा दो नर्व न ठीक है। तो कई बार होंगे भी वह खुद नर्व के सोज पई होंगी है तो वह जे सोज पई हो फिर होम्योपैथिक दवाई ने असं ट्रीटमेंट कर दे दी है। डॉक्टर जी तुम सवाल जवाब पूछेंगे, कोई पर्सनल क्वेश्चन होंगे ने उसे डायग्नोज करके फिर तुम्हें दवाई प्रिस्क्राइब करेंगे। सो मंडे वेंसडे फ्राइडे बिटवीन 10 11 तुम वापस कॉल करके उन्होंने कॉल सेंटर तो नंबर ले लो, और तुम्हें डॉक्टर ने कॉल करना, डॉक्टर ने कहते यू हैव टू कॉल हिम बिटवीन द स्लॉट जरा डॉक्टर ने दिता है बहुत इंपॉर्टेंट। डॉक्टर जी असी पहले थैंक यू थोड़ा कॉल कर वेरी इंपॉर्टेंट, असी किसी होर पेशेंट भी सेम ट्रबल सी तो मैं डॉक्टर जी ने असं गल करते शो तो पहला थोड़ी शो तो पहला थोड़ी बहुत गल की डॉक्टर ने जो उन्होंने दवा दी इलाज करते बहुत फर्क नहीं पै रहा क्योंकि उन्होंने फील हों बंद कि जी नाली थोड़ी ट्विस्ट हुई हुई थी वो कायरोप्रैक्टिक पास जाके गया उन्हें खिंच के ना वो जी हड्डी मतलब उन्हें बिठाती लाइन के उपर बिठा दी। हाँ जी उदू बाद थोड़ी गोलियां असर करनी शुरू हो गई। दैट्स राइट क्योंकि गोली दी हड्डी सीधी करनी नहीं सी। हाँ दैट्स राइट दैट्स राइट। हाँ कई कई वो जी रीह की हड्डी है ना वो मन के हिल जाती है हिल जाती है दैट्स राइट तो कोई भार चुकना जा कोई तुम सडनली इदा मूवमेंट करने हिल जाते हैं ते ओ मन के हुण दवाई तो नहीं सीधे कर सकती हैगी ओ तो फिर बड़ी नॉलेज है चीज दी बंदा दवाई खा फिर कहंदा जी मैंने डॉक्टर दी दवाई काम नहीं करदी ओ काम किद्दां करेगी फिर। दैट्स राइट। हाँ जी जी ओ उहनां दी ट्रेनिंग कायरोप्रैक्टर ऑस्टियोपैथी ट्रेनिंग यही ज्यादा हुंदी आ बैक प्रॉब्लम्स दी ते ओ टो के ओ मैनिपुलेट करके है ना कई बार पटाका भी बजता जो फील हो पटाका जहा बजता कई बार इन प्लेस हो जाते हैं एक कदम नहीं चल सकता पेन हैगी गोलियां फर्क पै रहा है दसांगे एक कॉल हो ली। हैलो जी सत श्री अकाल। हैलो हैलो सत श्री अकाल। थैंक यू फॉर कॉलिंग तुसी डॉक्टर जी नाल गल करो ही आंसर योर क्वेश्चन नाउ। हां जी बोलो। गला बहुत खराब रहिंदा सी ते जिहड़े हॉस्पिटल च उहनां नूं पता नहीं सी लगदा कदी कहिंदे सी एसिड करके आ कदी उहनां नूं पता नहीं सी लगदा जिद्दां हुण उहनां दा गला बिलकुल जो पक्या रही ठीक फील करते हो गया सी।
वर्क करती है तुहानू ना जो तुसी एकदम ठीक ने अपने दूसरे दवाइया अपना अपना मीडिया अगर नहीं होंगे देखो कितनी तकलीफ है बंदे गुआंढी नहीं पता होंगे कि मेरे दो घर छड़ के डॉक्टर जी रहते हैं सच्ची गल नहीं पता होंगे डॉक्टर साहब है किसी को जा जाके दस दो गुआंढी नॉक थोड़ो कर दे कि मैं डॉक्टर थोड़े ना रहना है जिन्हें गल होगी पता लग गया नहीं तो नहीं लगता यही पावर है चैनल की प्लीज़ हमेशा मैं कहना काल चैनल सपोर्ट करो दुनिया के कोने कोने तक आवाज़ पहुँचती है लोगों का भला हो रहा बड़ा अच्छा लगता सेवा हो रही है एंड दिल में बड़ी खुशी होती है कि थोड़े चैनल के थ्रू प्रोग्राम देख के तुम डॉक्टर जी ने गलबात की और तुम ठीक हो गए हो दिस इज़ वंडरफुल रियली रब मेहर करे तुम हमेशा तंदुरुस्त हो डॉक्टर साहब ये ना हूँ बड़ी कमाल दी गलों ने जिदा आप असं ब्लड प्रैशर की गल करते हैं कितों कित गल होर चलेगी पर वह भी इंपॉर्टेंट होंगी है चलो एक कॉल होर ले लें हैलो जी सत श्रीकाल हैलो हैलो ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਮੈਂ ਨਹਰਪੰਸ ਕੋਰੀਆ ਹਾਂਜੀ ਕੀ ਪੁੱਛਣਾ ਹੈ ਮੇਰੇ ਪੈਰਾਂ 'ਚ ਬਹੁਤ ਦਰਦ ਹੁੰਦਾ ਰਹਿੰਦਾ ਹੈ ਕਿ ਜਿੱਦਾਂ ਉਂਗਲੀਆਂ 'ਚ ਵੀ ਹੈ ਹੱਥਾਂ ਦੀਆਂ ਤੇ ਡਾਕਟਰ ਕਹਿੰਦਾ ਆਰਥਰਾਈਟਿਸ ਕੋਈ ਦਵਾ ਹੁੰਦੀ ਹੈ ਆਰਥਰਾਈਟਿਸ ਦੀ ਹਾਂਜੀ ਭੈਣ ਜੀ ਆਰਥਰਾਈਟਿਸ ਪੈਰਾਂ ਦੀ ਉਂਗਲਾਂ 'ਚ ਵੀ ਹੋ ਸਕਦਾ ਹੈ ਤੇ ਇਹ ਇਹਦੇ ਲਈ ਹਾਂਜੀ ਅਜਲੇ ਦਵਾਈ ਹਾਂਜੀ ਦਵਾਈ ਦੇ ਸਕਦੇ ਕੋਈ ਪ੍ਰੋਬਲਮ ਨਹੀਂ ਹੈਗਾ ਇਹ ਆਰਥਰਾਈਟਿਸ ਹਾਂਜੀ ਆਮ ਹੀ ਹੈ ਜੇ ਹੁਣ ਤੁਹਾਡੇ ਥੋੜ੍ਹੀ ਦੇਰ ਤੋਂ ਸ਼ੁਰੂ ਹੋਇਆ ਤਾਂ ਜਲਦੀ ਜਲਦੀ ਠੀਕ ਹੋ ਸਕਦਾ ਹਾਂਜੀ ਜੇ ਤਾਂ ਬਹੁਤ ਲੰਮਾ ਟਾਈਮ ਹੋ ਜਾਵੇ ਫਿਰ ਉਹ ਜ਼ਿਆਦਾ ਟਾਈਮ ਲੱਗਦਾ ਠੀਕ ਕਰਨੇ ਨੂੰ ਹਾਂਜੀ ਥੈਂਕ ਯੂ ਭਾਜੀ ਕਾਲ ਕਰਨ ਦਾ ਯੂਨੋ ਮੈਨੂੰ ਲੱਗਦਾ ਜਦੋਂ ਤੁਸੀਂ ਕੋਈ ਡਿਫਰੈਂਟ ਡਿਫਰੈਂਟ ਬੰਦੇ ਕਾਲ ਕਰਦੇ ਹੋ ਸ਼ਾਇਦ ਸਾਡਾ ਪ੍ਰੋਗਰਾਮ ਸ਼ੁਰੂ ਤੋਂ ਨਹੀਂ ਦੇਖਦੇ ਬਿਕੋਜ਼ ਅਸੀਂ ਆਰਥੋਰੈਟਿਸ ਦੀ ਪਹਿਲਾਂ ਆਪਣੇ ਆਪਣੇ ਬੰਦੇ ਨਾਲ ਗੱਲ ਕਰਕੇ ਹਟੇ ਆ ਉਹਦਾ ਜਵਾਬ ਕੀਤਾ ਅਸੀਂ ਇਹ ਡਿਟੇਲ ਵੀ ਡਿਸਕਸ ਕੀਤਾ ਕਿ ਹੁੰਦੀ ਕਾਤੇ ਹੁੰਦੀ ਹੈ ਉਹ ਕਿੱਥੇ ਕਿੱਥੇ ਜਾ ਕੇ ਆਰਥੋਰੈਟਿਸ ਤੁਹਾਨੂੰ ਜਾ ਕੇ ਅਟੈਕ ਕਰਦੀ ਹੈ ਉਹਦਾ ਇਲਾਜ ਵੀ ਹੈਗਾ ਮੈਂ ਵੀ ਦੱਸਿਆ ਸੀ ਜਦੋਂ ਤੁਸੀਂ ਸਾਡਾ ਕਾਲ ਸੈਂਟਰ ਨੂੰ ਰਿੰਗ ਕਰਕੇ 0121551001 'ਤੇ ਕਾਲ ਕਰਕੇ ਸਪੈਸ਼ਲ ਨੰਬਰ ਡਾਕਟਰ ਦਾ ਲਓ ਸੋਮਵਾਰ ਬੁੱਧਵਾਰ ਅਤੇ ਫਰਾਈਡੇ ਨੂੰ ਤੁਸੀਂ ਕਾਲ ਨਾ ਬਿਟਵੀਨ 10 and 11 ਉਮੀਦ ਰੱਖਦੇ ਕਿ ਭਾਅ ਜੀ ਤੁਹਾਨੂੰ ਸਮਝ ਪੈ ਜਾਵੇਗੀ ਬਰਮਿੰਗਮ ਦਾ ਨੰਬਰ ਕਾਲ ਕਰੋ ਉਹ ਤੁਹਾਨੂੰ ਨੰਬਰ ਦੇਣਗੇ ਫਿਰ ਤੁਸੀਂ ਡਾਕਟਰ ਜੀ ਨਾਲ ਗੱਲ ਕਰੋ ਅਤੇ ਸਵਾਲ ਜਵਾਬ ਪੁੱਛ ਕੇ ਤੁਹਾਨੂੰ ਫਿਰ ਦਵਾ ਤੁਹਾਨੂੰ ਦੇਣਗੇ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ ਡਾਕਟਰ ਸਾਹਿਬ ਮੇਰੇ ਖਿਆਲ ਭਾਅ ਜੀ ਬਹੁਤ ਸਾਰੇ ਨਵੇਂ ਨਵੇਂ ਦਰਸ਼ਕ ਹੈ ਨਾ ਜੁੜ ਰਹੇ ਪ੍ਰੋਗਰਾਮ ਦੇ ਨਾਲ ਕਈ ਵਾਰੀ ਮੈਨੂੰ ਫੋਨ ਆਉਂਦਾ ਉਹ ਕਹਿੰਦੇ ਭਈ ਅਸੀਂ ਅਚਾਨਕ ਤੇਰਾ ਪ੍ਰੋਗਰਾਮ ਦੇਖਿਆ ਸੀ ਸਾਨੂੰ ਪਤਾ ਨਾ ਸੀ ਸ਼ਾਇਦ ਅੱਧਾ ਹੋ ਸਕਦਾ ਨਾ ਅਚਾਨਕ ਹੀ ਲਾ ਲਿਆ ਉਹਦਾ ਦੈਟਸ ਰਾਈਟ ਬਹੁਤ ਹੀ ਦਰਸ਼ਕ ਇਦਾਂ ਹੀ ਕਹਿੰਦੇ ਆ ਭਈ ਅਸੀਂ ਪ੍ਰੋਗਰਾਮ ਟੀਵੀ ਲਾਇਆ ਭਈ ਤੁਹਾਡਾ ਪ੍ਰੋਗਰਾਮ ਆਇਆ ਸੀ ਤਾਂ ਸਾਨੂੰ ਪਤਾ ਲੱਗਿਆ ਬਿਲਕੁਲ ਬਿਲਕੁਲ ਹੋ ਸਕਦਾ ਹਾਂਜੀ ਸੋ ਬਹੁਤ ਹੀ ਨਵੇਂ ਨਵੇਂ ਦਰਸ਼ਕ ਜੁੜ ਰਹੇ ਪ੍ਰੋਗਰਾਮ ਗੁੱਡ ਪੁਆਇੰਟ ਮੈਂ ਸਿਰਫ ਬਲੇਮ ਕਰਦਾ ਸੀ ਕਿ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਨਹੀਂ ਹੈ ਦੁਬਾਰਾ ਸੋ ਇਹ ਸਵਾਲ ਪੁੱਛਦੇ ਹੋ ਵੈਰੀ ਗੁੱਡ ਆਨਸਰ ਐਕਚੁਅਲੀ ਹਾਂਜੀ ਹਾਂਜੀ ਯੂ ਨੋ ਬੰਦਾ ਫਟਾਫਟ ਕੋਈ ਸ਼ਿਕਾਇਤ ਦਿੰਦਾ ਜ਼ਰਾ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਨੇ ਮੇਰੀ ਵੀ ਗਲਤੀ ਕੱਢ ਦਿੱਤੀ ਹੈ ਨਹੀਂ ਉਹ ਗਲਤੀ ਦੇਖੋ ਇਨਸਾਨ ਗਲਤੀਆਂ ਕਰਦਾ ਮਾਫੀ ਮੰਗਦੇ ਆ ਕਈ ਵਾਰ ਹੋ ਜਾਂਦੀ ਹੈ ਪਰ ਮੈਂ ਹਮੇਸ਼ਾ ਮੇਰੀ ਆਵਾਜ਼ ਉੱਚੀ ਬੋਲਦਾ ਹੈ ਕਿ ਪਲੀਜ਼ ਇਹ ਪ੍ਰੋਗਰਾਮ ਦੇਖਿਆ ਕਰੋ ਬੜਾ ਭਲਾ ਹੋ ਰਿਹਾ ਲੋਕਾਂ ਦਾ ਆਂਢੇ ਗੁਆਂਢੀਆਂ ਨੂੰ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੱਸੋ ਕਿ ਪ੍ਰੋਗਰਾਮ ਵਾਚ ਕਰੋ ਇਹ ਨਹੀਂ ਕਿ ਮੈਂ ਪ੍ਰੋਗਰਾਮ ਕਰਦਾ ਮੈਂ ਤਾਂ ਕਹਿੰਦਾ ਕਿ ਤੁਸੀਂ ਮੈਨੂੰ ਵਾਚ ਕਰੋ ਤੁਸੀਂ ਡਾਕਟਰ ਜੀ ਨੂੰ ਵਾਚ ਕਰੋ ਤੁਹਾਡੇ ਬਿਹਾਫ 'ਤੇ ਮੈਂ ਡਾਕਟਰ ਜੀ ਨੂੰ ਸਵਾਲ ਪੁੱਛਦਾ ਜਦੋਂ ਤੁਸੀਂ ਨਹੀਂ ਕਾਲ ਕਰਦੇ ਤਾਂ ਮੈਨੂੰ ਪੁੱਛਣੇ ਪੈਂਦੇ ਨੇ ਜੇ ਤੁਸੀਂ ਪੁੱਛਦੇ ਹੋ ਅੱਛਾ ਲੱਗਦਾ ਤੁਹਾਡਾ ਵੀ ਇਲਾਜ ਹੁੰਦਾ ਹੋਰ ਲੋਕਾਂ ਦੀ ਵੀ ਮਦਦ ਹੋ ਜਾਂਦੀ ਹੈ ਪਲੀਜ਼ ਸਪਰੈਡ ਦ ਵਰਡ ਸਾਰਿਆਂ ਨੂੰ ਦੱਸੋ ਕਿ ਟਿਊਜ਼ਡੇ ਨੂੰ 11 to 12 ਐਵਰੀ ਟਿਊਜ਼ਡੇ ਡਾਕਟਰ ਜੀ ਸ਼ੋਅ ਕਰਦੇ ਨੇ ਬੜਾ ਭਲਾ ਹੋ ਰਿਹਾ ਬੜੀ ਸੇਵਾ ਕਰ ਰਹੇ ਡਾਕਟਰ ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਡਾਕਟਰ ਬੜੀ ਫਾਸਟ ਟਾਈਮ ਜਾ ਰਹੇ ਹਾਂਜੀ ਉਹ ਦੱਸੋ ਹਾਂਜੀ ਹਾਂਜੀ ਸੋ ਬਲੱਡ ਪ੍ਰੈਸ਼ਰ ਜੇ ਰਹਿੰਦਾ ਤਾਂ ਸਬਜ਼ੀਆਂ ਖਾਣੀਆਂ ਬਹੁਤ ਹੀ ਬਿਹਤਰ ਆ
क्योंकि सब्जियां विच्चों तुहानू नाइट्रेट्स ते मैगनीजियम ते पोटैशियम मिलता है। ये सारिया चीज़ां ब्लड प्रैशर लई बहुत वधिया चीज़ आ। तो जिहड़े खांदे दवाइयां उन्हां नूं पता होना पे जी पी उन्हां नूं आइसोसोबाइड मोनोनाइट्रेट दिंदे आ, ते ओह हुंदे पे खून दीआं नाड़ियां खोलण लई डायलेट करन लई, खास करके जिहड़ियां दिल दीआं नाड़ियां। हाँ जी, तो जे तुसीं बीटरूट खाओ जां केल खाओ है ना, उहदे विच भी नाइट्रेट्स हुंदे आ, उह भी तकरीबन उदां दा ही काम करदे आ। मैं तुहानूं सवाल पुछदा पे कॉल हो जांदी। हैलो जी, सति श्री अकाल। हैलो हैलो, सति श्री अकाल जी, अपना नाम दसना चाहोगे? ਔਖਾ ਹੋ ਰਿਹਾ ਹੈਗਾ। ਤੇ ਸਟ੍ਰੈਸ ਤੋਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਬਿਮਾਰੀਆਂ, ਮਤਲਬ ਬਹੁਤ ਜ਼ਿਆਦਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਆ। ਤੇ ਇਹਦਾ ਥੋੜਾ ਜਿਹਾ ਤੁਸੀਂ ਥੋੜੇ ਜਿਹੇ ਵੇਜ ਦੱਸੋ ਪੇ, ਕੋਈ ਹੋਮੋਪੈਥੀ ਜਾਂ ਅਦਰ ਹਰਬਸ ਹੈਗੀਆਂ ਆ ਜਿਹੜੀਆਂ ਕਿ ਬੰਦਾ ਆਪਣੇ ਆਪ ਨੂੰ ਚੱਕ ਸਕੇ, ਕਿਉਂਕਿ ਸਾਰੀ ਉਮਰ ਉਹਨਾਂ ਨੇ ਆਪਣੇ ਲੈਵਲ ਵਧੀਆ ਆਪਣਾ ਸਟੈਂਡਰਡ ਬਣਾਇਆ ਹੋਇਆ ਆ, ਤੇ ਉਹ ਜਿਹੜਾ ਲੈਵਲ ਆ ਉਹਨੂੰ ਡਿਸਟਰੋਏ ਕਰਨ ਤੋਂ ਦੀ ਬਜਾਏ ਨਾ ਉਹਨੂੰ ਆਪਾਂ ਰਿਮੇਨ ਚ ਕਿਵੇਂ ਰੱਖਣਾ ਆ, ਤੇ ਉਹ ਥੋੜਾ ਜਿਹਾ ਹੋਮੋਪੈਥਿਕ ਚ ਜਾਂ ਹਰਬਸ ਵਿੱਚ ਕੁਛ ਹੈਲਪ ਹੈਗੀ ਤਾਂ ਉਹ ਦੱਸੋ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਜਿਹੜੇ ਓਲਡ ਪੇਰੈਂਟਸ ਆ ਉਹ ਅਫੈਕਟਡ ਆ। ਮੈਂ ਸਿਰਫ ਇੱਕ ਦੋ ਦੀ ਗੱਲ ਨਹੀਂ ਕਰ ਰਹੀ, ਕਿਉਂਕਿ ਮੈਂ ਵੀ ਕਮਿਊਨਿਟੀ ਚ ਕਾਫੀ ਕੰਮ ਕਰ ਰਹੀ ਹਾਂ, ਇਸ ਕਰਕੇ ਉਹ ਉਹਨਾਂ ਵਾਸਤੇ ਜਵਾਬ ਦੇਣਾ ਬਹੁਤ ਜ਼ਰੂਰੀ ਆ। ਠੀਕ ਹੈ ਭੈਣ ਜੀ, ਠੀਕ ਹੈ। ਸੋ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਪਈ ਉਹ ਬਹੁਤ ਸਟ੍ਰੈਸ ਵਿੱਚ ਹੁੰਦੇ, ਬਹੁਤ ਟੈਨਸ਼ਨ ਵਿੱਚ ਹੁੰਦੇ ਆ, ਅਤੇ ਅਸੀਂ ਕੁਛ ਹਰਬਲ ਮੈਡੀਸਿਨ ਵਰਤੀ ਦੀਆਂ ਉੱਥੇ, ਖਾਸ ਕਰਕੇ ਪੈਸੀਫਲੋਰਾ ਬਹੁਤ ਵਧੀਆ ਕੰਮ ਕਰਦੀ ਆ, ਅਤੇ ਵਲੈਰੀਅਨ ਵੀ ਬਹੁਤ ਕੰਮ ਕਰਦੀ ਆ, ਅਤੇ ਇੱਕ ਹੁੰਦੀ ਆ ਸਕਲ ਕੈਪ ਉਹਨੂੰ ਕਹਿੰਦੇ, ਉਹ ਵੀ ਕਾਫੀ ਗੁੱਡ ਕੰਮ ਕਰਦੀ ਆ। ਸੋ ਇੱਦਾਂ ਦੀਆਂ ਕਈ ਹਰਬਲ ਮੈਡੀਸਿਨਸ ਹੈਗੀਆਂ, ਅਤੇ ਉਹਨਾਂ ਦੀ ਅਸੀਂ ਹੋਮਿਓਪੈਥੀ ਵਿੱਚ ਉਹਨਾਂ ਦੀ ਟਿੰਕਚਰ ਵਰਤੀ ਦੀ ਆ ਲਿਕੁਇਡ ਫੋਮ, ਅਤੇ ਇੱਕ ਕੈਲੀਫੋਸ ਹੈਗਾ, ਕੈਲੀਫੋਸ ਵੀ ਬਹੁਤ ਹੀ ਵਧੀਆ ਕੰਮ ਕਰਦਾ ਜਿਹੜਾ ਬੰਦਾ ਹਰ ਵੇਲੇ ਫਿਕਰਾਂ 'ਚ ਰਹਿੰਦਾ ਹੈ। ਅਤੇ ਸੋ ਇੱਥੇ ਹੋਮਿਓਪੈਥਿਕ ਦਵਾਈ ਇਹ ਥੋੜ੍ਹਾ ਜਿਹਾ ਟੈਨਸ਼ਨ ਘਟਾ ਤਾਂ ਸਕਦੀਆਂ, ਹਾਂਜੀ, ਪਰ ਜਿਹੜਾ ਤੁਹਾਡਾ ਆਪਣਾ ਘਰੇਲੂ ਮਾਮਲਾ ਹੈ ਉਹਦੇ ਵਿੱਚ ਹੁਣ ਦਵਾਈ ਕੋਈ ਖਾਸ ਨਹੀਂ ਕਰ ਸਕਦੀ। ਹਾਂਜੀ, ਤੁਹਾਨੂੰ ਹੈਲਪ ਤਾਂ ਕਰ ਸਕਦੀ ਦਵਾਈ, ਪਰ ਤੁਹਾਡੇ ਜਿਹੜੇ ਸਿਚੁਏਸ਼ਨ ਹੈ ਉਹ ਤਾਂ ਨਹੀਂ ਚੇਂਜ ਕਰ ਸਕਦੀ ਹੈ ਨਾ। ਸੋ ਸਿਚੁਏਸ਼ਨ ਇਹ ਹੈ, ਤੁਹਾਨੂੰ ਆਪ ਖੁਦ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਹੈ ਵੀ ਹੁਣ ਜਿਹੜਾ ਨਵਾਂ ਜਨਰੇਸ਼ਨ ਆ ਉਹਦੇ ਵਿੱਚ ਕੋਈ ਡਿਫਰੈਂਟ ਸੋਚਣ ਦੇ ਤਰੀਕੇ ਆ। ਹਾਂਜੀ, ਸੋ ਤੁਹਾਨੂੰ ਉਹ ਐਕਸੈਪਟ ਕਰਨਾ ਹੀ ਪੈਂਦਾ ਹੈ। ਜੇ ਤੁਸੀਂ ਉਹਨਾਂ ਨੂੰ ਸਮਝਾਉਣਾ ਹੈ ਤੁਸੀਂ ਲੜ ਨਹੀਂ ਸਕਦੇ ਉਹਨਾਂ ਦੇ ਨਾਲ, ਕਿਉਂਕਿ ਫਿਰ ਕੰਮ ਵੱਧ ਜਾਂਦਾ ਹੈ, ਪਰ ਤੁਸੀਂ ਪਿਆਰ ਨਾਲ ਉਹਨਾਂ ਨੂੰ ਸਮਝਾ ਸਕਦੇ ਹਾਂ। ਠੀਕ ਹੈ ਜੀ, ਜੇ ਉਹ ਪਿਆਰ ਨਾਲ ਸਮਝ ਜਾਣ ਤਾਂ ਇਹ ਸਭ ਤੋਂ ਵਧੀਆ ਆ। ਹਾਂਜੀ, ਜੇ ਫਿਰ ਵੀ ਨਾ ਸਮਝਣ ਤਾਂ ਉਹ ਤੁਸੀਂ ਤੁਹਾਨੂੰ ਐਕਸੈਪਟ ਕਰਨਾ ਪੈਂਦਾ ਵੀ ਇਹਨਾਂ ਦਾ ਹੁਣ ਜਿਹੜਾ ਸਿਸਟਮ ਆ ਕੋਈ ਸੋਚਣ ਦਾ ਅਲੱਗ ਆ। ਹਾਂਜੀ, ਅਤੇ ਉਹਦੇ ਬਾਰੇ ਤੁਸੀਂ ਐਕਸੈਪਟੈਂਸ ਕਰ ਸਕਦੇ ਅਤੇ ਆਪਣੀ ਲਾਈਫ ਜਿਹੜੀ ਆ ਉਹਨੂੰ ਨਾ ਖਰਾਬ ਕਰੋ। ਹਾਂਜੀ, ਆਪਣੇ ਆਪ ਨੂੰ ਟੈਨਸ਼ਨ ਨਾ ਦਿਓ, ਕਿਉਂਕਿ ਜੋ ਉਹਨੇ ਕਰਨਾ ਉਹਨੇ ਕਰਨਾ ਹੀ ਆ, ਤੁਸੀਂ ਕੋਸ਼ਿਸ਼ ਕਰ ਚੁੱਕੇ ਆ, ਬਾਕੀ ਤੁਸੀਂ ਉਹਨਾਂ ਨੂੰ ਪਾਲ ਦਿੱਤਾ, ਪੜੋਸ ਦਿੱਤਾ, ਬੜੀ ਕਰ ਦਿੱਤਾ, ਤੁਸੀਂ ਆਪਣੇ ਫਰਜ਼ ਨਿਭਾ ਦਿੱਤੇ ਆ। ਹਾਂਜੀ, ਸੋ ਉੱਥੋਂ ਤੁਹਾਨੂੰ ਹੁਣ ਬ੍ਰੇਕ ਥੋੜ੍ਹਾ ਜਿਹਾ ਕਰਨਾ ਹੀ ਪੈਂਦਾ ਹੈ, ਤੁਸੀਂ ਨਾ ਤਾਂ ਉਹਨਾਂ ਨੂੰ ਫੋਰਸ ਕਰ ਸਕਦੇ ਹਾਂ। ਹਾਂਜੀ, ਸੋ ਤੁਸੀਂ ਆਪਣੇ ਆਪ ਅੰਦਰੇ ਅੰਦਰ ਸੜੀ ਜਾਓ ਹੈ ਨਾ, ਅਤੇ ਸਟ੍ਰੈਸ ਲਈ ਜਾਓ, ਤੁਹਾਡੀ ਸਿਹਤ ਉਹਦੇ ਨਾਲ ਖਰਾਬ ਹੀ ਹੋਣੀ ਆ। ਸੋ ਇਹਦੇ ਨਾਲ ਬੈਟਰ ਆ ਤੁਸੀਂ ਐਕਸੈਪਟ ਕਰ ਲਓ ਆਪ ਸਿਚੁਏਸ਼ਨ ਜੋ ਹੈਗਾ, ਅਤੇ ਪਿਆਰ ਦੇ ਨਾਲ ਉਹਨਾਂ ਨੂੰ ਅਲਾਊ ਕਰੋ ਵੀ ਜੋ ਉਹ ਕਰਨਾ ਚਾਹੁੰਦੇ ਉਹਨਾਂ ਨੂੰ ਕਰਨ ਦਿਓ। ਠੀਕ ਹੈ ਜੀ, ਥੈਂਕ ਯੂ ਜੀ ਭੈਣ ਜੀ ਕਾਲ ਕਰਨ ਦਾ, ਥੈਂਕ ਯੂ। ਥੋੜ੍ਹੀ ਬਹੁਤੀ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਤੁਹਾਨੂੰ ਟਾਈਮ ਦੇਣਾ, ਤੁਸੀਂ ਕਾਲ ਰੱਖ ਕੇ ਟੀ ਵੀ ਦੇ ਸਾਹਮਣੇ ਬੈਠੋ ਅਤੇ ਥੋੜ੍ਹਾ ਬਹੁਤ ਤਾਂ ਮੈਂ ਵੀ ਜਵਾਬ ਦੇਵਾਂਗਾ, ਕਿਉਂਕਿ ਬੜੇ ਲੋਕਾਂ ਨੂੰ ਮਿਲੀਦਾ, ਬੜੀ ਜਾਣ ਪਛਾਣ ਹੈਗੀ ਆ, ਬੜੀ ਪਿਆਰ ਮੁਹੱਬਤ ਮਿਲਦੀ ਆ ਜਦੋਂ ਲੋਕ ਮਤਲਬ ਸੜਕ 'ਤੇ ਮਿਲਦੇ ਨੇ, ਕੋਲ ਖੜ ਕੇ ਫੋਟੋ ਖਿਚਾਉਂਦੇ ਨੇ, ਨਾ ਕਿ ਅਸੀਂ ਕਾਬਲ ਹੈਗੇ ਹਾਂ, ਲੇਕਿਨ ਜੋ ਇੱਜ਼ਤ ਦਿੰਦੇ ਨਾ ਬੜਾ ਹੌਸਲਾ ਵੱਡਾ ਹੁੰਦਾ, ਛਾਤੀ ਵੱਡੀ ਹੋ ਜਾਂਦੀ ਹੈ। ਮੇਰੇ ਪੈਰ ਹਮੇਸ਼ਾ ਜ਼ਮੀਨ 'ਤੇ ਨੇ, ਹਮੇਸ਼ਾ ਉੱਥੇ ਰਹਿੰਦੇ ਨੇ, ਬੜੇ ਪਿਆਰ ਮੁਹੱਬਤ ਨਾਲ ਲੋਕਾਂ ਦੀ ਗੱਲ ਕਰੀਦੀ ਹੈ। ਸ਼ਰਨਜੀਤ ਜੀ, ਮੈਂ ਤੁਹਾਨੂੰ ਇੱਕ ਗੱਲ ਸਮਝਾਉਂਦਾ ਪਿਆ ਪਰਸਨਲ ਐਕਸਪੀਰੀਅੰਸ ਦੇ ਨਾਲ,
ਤੁਸੀਂ ਫੈਮਿਲੀ ਦੀ ਗੱਲ ਕਰਦੇ ਹੋ ਜਾਂ ਤੁਹਾਡੇ ਫੈਮਿਲੀ ਹੋਵੇ ਇਮੀਡੀਏਟ ਦਾ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਹੋਵੇ ਜਾਂ ਕਲੋਜ਼ ਰਿਲੇਟਿਵ ਹੋਵੇ ਅਸੀਂ ਇੱਕ ਦੂਜੇ ਨਾਲ ਨਹੀਂ ਬੋਲਦੇ ਬੜਾ ਅਸੀਂ ਇੱਕ ਦੂਜੇ ਨਾਲ ਫਰਕ ਰੱਖਦੇ ਹੋ ਮੈਨੂੰ ਲੱਗਦਾ ਤੁਸੀਂ ਬੜੇ ਸੈਂਸਿਟਿਵ ਹੋ ਦਿਲ ਨੂੰ ਲਾ ਲੈਂਦੇ ਹੋ ਹਰ ਬੰਦਾ ਸੈਂਸਿਟਿਵ ਹੁੰਦਾ ਅਗਰ ਤੁਸੀਂ ਆਪਣਾ ਟੈਂਸ਼ਨ ਦੂਰ ਕਰਨੀ ਹੈ ਇਲਾਜ ਤੋਂ ਪਹਿਲਾਂ ਨਾ ਇੱਕ ਮੈਡੀਟੇਸ਼ਨ ਕਰੋ ਔਰ ਇੱਕ ਪਾਵਰ ਦਿਮਾਗ ਦੀ ਦੇਖੋ ਤੁਸੀਂ ਕਿਤੇ ਫੰਕਸ਼ਨ 'ਤੇ ਇਕੱਠੇ ਹੁੰਦੇ ਨਾ ਉਹ ਬੰਦੇ ਵੀ ਉੱਥੇ ਹੈਗੇ ਆ ਉਹਨੂੰ ਬਲੈਂਕਆਊਟ ਕਰੋ ਬਿਲਕੁਲ ਬਲੈਂਕਆਊਟ ਕਰੋ ਤੁਹਾਨੂੰ ਲੱਗੋ ਤੁਸੀਂ ਇਕੱਲੇ ਹੀ ਹੋ ਤੁਸੀਂ ਇੰਜੋਏ ਕਰਨਾ ਹੈ ਔਰ ਤੁਸੀਂ ਇੰਜੋਏ ਕਰਨਾ ਹੈ ਅਗਰ ਤੁਸੀਂ ਦੇਖ ਕੇ ਬੈਠੇ ਭਾਅ ਜੀ ਸੜੀ ਜਾਣਾ ਉਹਨੇ ਨੇ ਮੈਨੂੰ ਬੁਲਾਇਆ ਉਹਨੇ ਨੇ ਮੈਨੂੰ ਬੁਲਾਇਆ ਤੁਸੀਂ ਕਿਉਂ ਵੇਟ ਕਰਦੇ ਕਿ ਤੁਹਾਨੂੰ ਕੋਈ ਬੁਲਾਵੇ ਅਗਰ ਤੁਹਾਨੂੰ ਕੋਈ ਲਾਈਕ ਕਰੇਗਾ ਆਪੇ ਆਏਗਾ ਤੁਹਾਡੇ ਪਾਸ ਲਾਈਫ ਇੰਜੋਏ ਕਰੋ ਬੀ ਹੈਪੀ ਜਿਹੜੇ ਗੱਲ ਕਰਦੇ ਉਹਨਾਂ ਨਾਲ ਮਿਲੋ ਡੋਂਟ ਸਿਟ ਇਨ ਦਾ ਕੋਰਨਰ ਸਲਕ ਕਰੋ ਬੈਠ ਕੇ ਮੈਨੂੰ ਉਹਨੇ ਨੇ ਬੁਲਾਇਆ ਅਤੇ ਹੁਣ ਮੈਂ ਅਫਸੋਸ ਕਰ ਰਿਹਾ ਬੈਠ ਕੇ ਡੋਂਟ ਸ਼ੋਅ ਦੈਮ ਕਿ ਅਗਰ ਤੁਹਾਨੂੰ ਤਕਲੀਫ ਦਿੰਦੇ ਨੇ ਤੁਹਾਨੂੰ ਤਕਲੀਫ ਪਹੁੰਚੀ ਹੈ ਡਾਕਟਰ ਜੀ ਇਹ ਬੜੀ ਸਟਰੋਂਗ ਚੀਜ਼ ਹੈ ਆਪਣੇ ਸਾਹਮਣੇ ਇੱਕ ਲੋਹੇ ਵਾਲੇ ਬਣੋ ਸਟਰੋਂਗ ਬਣੋ ਦਿਮਾਗ ਨੂੰ ਬੰਦ ਕਰਨਾ ਸਿੱਖੋ ਤਾਂ ਕਿ ਜੋ ਤੁਹਾਡੇ ਸਾਹਮਣੇ ਇਨਸਾਨ ਖੜਾ ਤੁਹਾਨੂੰ ਦਿਖਾਈ ਨਾ ਦੇਵੇ ਬੇਸ਼ੱਕ ਤੁਹਾਡੀਆਂ ਅੱਖਾਂ ਖੁੱਲੀਆਂ ਇਹ ਤੁਹਾਡੇ 'ਚ ਪਾਵਰ ਹੋਣੀ ਚਾਹੀਦੀ ਹੈ ਹਰ ਇਨਸਾਨ ਪਾਸ ਇਹ ਚੀਜ਼ ਹੋਏਗੀ ਨਾ ਤੁਹਾਨੂੰ ਕੋਈ ਟੈਨਸ਼ਨ ਦੀ ਦਵਾਈ ਖਾਣ ਦੀ ਲੋੜ ਨਹੀਂ ਹੈ ਡਾਕਟਰ ਜੀ ਤੁਸੀਂ ਇਹਦੇ 'ਤੇ ਥੋੜ੍ਹਾ ਐਲੈਬੋਰੇਟ ਕਰਕੇ ਦੱਸੋ ਜੇ ਮੈਂ ਕੁਝ ਥੋੜ੍ਹਾ ਬਹੁਤਾ ਸਿੱਖਿਆ ਤੁਹਾਡੇ ਕੋਲੋਂ ਨਹੀਂ ਉਹ ਠੀਕ ਹੈ ਜਿੰਨਾ ਤੁਸੀਂ ਜ਼ਿਆਦਾ ਟੈਨਸ਼ਨ ਲੈਂਦੇ ਉਨੀ ਤੁਹਾਡੀ ਆਪਣੀ ਸਿਹਤ ਖਰਾਬ ਹੁੰਦੀ ਹੈ ਜੀ ਬੰਦਾ ਕੀ ਹੈ ਟੈਨਸ਼ਨ ਲੈ ਕੇ ਪਰ ਬੈਸਟ ਇਹ ਜੇ ਤੁਸੀਂ ਕਰ ਸਕਦੇ ਆ ਹੈਗਾ ਤਾਂ ਔਖਾ ਜੋ ਮੈਂ ਕਹਿਣਾ ਪਰ ਜੇ ਤੁਸੀਂ ਉਹਦੇ ਨਾਲ ਵੀ ਪਿਆਰ ਕਰ ਸਕਦੇ ਹੈ ਨਾ ਬਿਲਕੁਲ ਤਾਂ ਉਹਦੇ ਉਹਨੂੰ ਤੁਸੀਂ ਅੰਦਰੋਂ ਅੰਦਰ ਆਪਣੇ ਪਿਆਰ ਭੇਜੋ ਉਹਨੂੰ ਹਾਂਜੀ ਅਤੇ ਉਹਦਾ ਵੀ ਦਿਲ ਹੌਲੀ ਹੌਲੀ ਇਹ ਠੀਕ ਹੋਣ ਲੱਗ ਪਏਗਾ ਇਹ ਵੀ ਤਜਰਬਾ ਕਰਕੇ ਜ਼ਰੂਰ ਦੇਖੋ ਇੱਥੇ ਮੈਂ ਥੋੜ੍ਹੀ ਜਿਹੀ ਗੱਲ ਕਰਦਾ ਪਿਆਰ ਭੇਜਣ ਦੀ ਲੋੜ ਨਹੀਂ ਹੈ ਤੁਸੀਂ ਆਪਣੀ ਲਾਈਫ ਰੱਖੋ ਹੋਰ ਬੜੀ ਦੁਨੀਆ ਹੈਗੀ ਹੈ ਅੱਜ ਕੱਲ੍ਹ ਯਾਰ ਦੋਸਤ ਰਿਸ਼ਤੇਦਾਰ ਨੂੰ ਮੋਹਰੇ ਹੋ ਕੇ ਹੈਲਪ ਕਰਦੇ ਨੇ ਭਾਅ ਜੀ ਹਾਂਜੀ ਜਿਹੜੇ ਯਾਰ ਦੋਸਤ ਨੇ ਸੋ ਤੁਸੀਂ ਉਹਨਾਂ ਨੂੰ ਫੈਮਿਲੀ ਬਣਾਓ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਤੁਹਾਡਾ ਯੂਨੋ ਇੱਕ ਕਿਸੇ ਰਿਸ਼ਤੇ ਨੂੰ ਨਾਮ ਦੇਣਾ ਇਹ ਬੜਾ ਵੱਡਾ ਰਿਸਪੋਂਸੀਬਿਲਟੀ ਹੁੰਦੀ ਉਹ ਨਿਭਾਇਆ ਨਹੀਂ ਜਾਂਦਾ ਕਿਸੇ ਨੂੰ ਤਾਇਆ ਕਹਿ ਦੇਣਾ ਕਿਸੇ ਨੂੰ ਚਾਚਾ ਕਹਿ ਦੇਣਾ ਉਹ ਨਿਭਦੀ ਤਾਂ ਹੈ ਨਹੀਂ ਹੈ ਤਾਏ ਚਾਚੇ ਦੀ ਰਿਸ਼ਤੇਦਾਰੀ ਕੋਈ ਯਾਰ ਦੋਸਤ ਹੁੰਦਾ ਤੁਹਾਨੂੰ ਦਿਨ ਰਾਤ ਫੋਨ ਕਰਦਾ ਤੁਹਾਡਾ ਖਿਆਲ ਰੱਖਦਾ ਤੁਹਾਡੇ ਲਈ ਉਹੀ ਸਭ ਕੁਝ ਹੈਗਾ ਤੁਹਾਡਾ ਸਭ ਤੋਂ ਪਹਿਲਾਂ ਆਪਣਾ ਦਿਮਾਗ ਬੰਦ ਕਰੋ ਅੱਖਾਂ ਖੁੱਲੀਆਂ ਲੇਕਿਨ ਅੱਖਾਂ ਨੂੰ ਬੰਦ ਕਰੋ ਕਿ ਤੁਹਾਨੂੰ ਦਿਖਾਈ ਨਹੀਂ ਹੋਣਾ ਚਾਹੀਦਾ ਕਿ ਉਹ ਬੰਦਾ ਮੈਨੂੰ ਬੁਲਾਉਂਦਾ ਨਹੀਂ ਮੈਨੂੰ ਟੈਨਸ਼ਨ ਦੇ ਭਾਅ ਜੀ ਬੜੀ ਵੱਡੀ ਗੱਲ ਹੈਗੀ ਹੈ ਬੱਚਿਆਂ ਦੇ ਖਿਆਲਾਂ ਤਾਂ ਡਿਫਰੈਂਟ ਨੇ ਹੁਣ ਦੈਟਸ ਰਾਈਟ ਯੂਨੋ ਤੁਸੀਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਉਹਨਾਂ ਦਾ ਇਨਵਾਇਰਮੈਂਟ ਡਿਫਰੈਂਟ ਹੈ ਉਹਨਾਂ ਦੀ ਲਾਈਫ ਸਟਾਈਲ ਡਿਫਰੈਂਟ ਹੈਗਾ ਅਗਰ ਤੁਸੀਂ ਐਕਸਪੈਕਟ ਕਰਦੇ ਹੋ ਜੋ 50 ਸਾਲ ਪਹਿਲਾਂ ਤੁਸੀਂ ਕਰਦੇ ਸੀ ਬੱਚੇ ਉਹਦਾ ਉਹ ਵੀ ਸਹੀ ਨੇ ਨਾ ਉਹ ਨਹੀਂ ਹੋਣ ਵਾਲੀ ਗੱਲ ਹਾਂਜੀ ਦੈਟਸ ਰਾਈਟ ਇਹ ਤਾਂ ਤੁਸੀਂ ਆਪਣੇ ਆਪ ਨੂੰ ਸਮਝਾਓ ਅਤੇ ਟੈਨਸ਼ਨ ਨਾ ਲਓ ਬਿਲਕੁਲ ਕਿਉਂਕਿ ਤੁਸੀਂ ਆਪਣੀ ਸਿਹਤ ਆਪ ਖਰਾਬ ਕਰ ਰਹੇ ਜੇ ਟੈਨਸ਼ਨ ਲੈ ਰਹੇ ਹਾਂ ਹਾਂਜੀ ਜੇ ਤੁਸੀਂ ਕਿਸੇ ਨਾਲ ਝਗੜਾ ਹੁੰਦਾ ਹੈ ਤੁਸੀਂ ਆਪਣੇ ਆਪ 'ਚ ਟੈਨਸ਼ਨ ਲੈਂਦੇ ਸੜੀ ਜਾਂਦੇ ਅੰਦਰਾਂ ਅੰਦਰ ਉਹ ਤੁਹਾਡਾ ਬਲੱਡ ਪ੍ਰੈਸ਼ਰ ਵਧੀ ਜਾਂਦਾ ਹੈ ਕੀ ਲੋੜ ਆ ਹਾਂਜੀ ਉਹਨਾਂ ਨੂੰ ਸਮਝ ਕੇ ਠੀਕ ਹੈ ਤੁਸੀਂ ਆਪਣੇ ਰਾਸਤਾ ਫੜੋ ਭਾਅ ਜੀ ਮੈਨੂੰ ਕਹਾਵਤ ਹੈਗੀ ਹੈ ਬੁਰਾ ਨਾ ਬਣਿਓ ਪਰ ਕਹਾਵਤ ਹੈਗੀ ਲੇਕਿਨ ਇੱਕ ਸੋਨੀ ਕਹਾਵਤ ਕਹਿੰਦੇ ਜਦੋਂ ਹਾਥੀ ਸੜਕ ਤੋਂ ਨਿਕਲਦਾ ਨਾ ਤਾਂ ਕੁੱਤੇ ਭੌਂਕਦੇ ਹੁੰਦੇ ਨੇ ਸਿੱਧੀ ਗੱਲ ਹੈਗੀ ਹੈ ਤੇ ਉਹ ਹਾਥੀ ਜੇ ਹਾਥੀ ਉਹਦੇ ਕੁੱਤਿਆਂ ਦੀ ਪਰਵਾਹ ਕਰਨ ਲੱਗ ਗਿਆ ਤੇ ਹਾਥੀ ਕਾਹਦਾ ਹੋਇਆ ਠੀਕ ਹੈ ਠੀਕ ਗੱਲ ਕਿ ਨਹੀਂ ਡਾਕਟਰ ਮੈਨੂੰ ਪਤਾ ਕੀ ਹੈਗਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਬੜਾ ਐਕਸਪੀਰੀਅੰਸ ਹੁੰਦਾ ਹੈ ਤੁਸੀਂ ਕੀ ਸੋਚਦੇ ਕਿ ਚਲੋ ਬੜਾ ਟਾਈਮ ਬੜੀ ਫਾਸਟ ਜਾ ਰਿਹਾ ਡਾਕਟਰ ਸਾਹਿਬ ਮਾਫ਼ੀ ਚਾਹਾਂਗਾ ਟਾਈਮ ਬੜੀ ਫਾਸਟ ਜਾ ਰਿਹਾ ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਹੋਗੀ ਸਾਡੇ 11 ਤੋਂ 12 ਵਜੇ ਤਬ ਤੱਕ ਰੱਬ ਰੱਖਾ ਆਪਾਂ ਫਤਿਹ ਬੁਲਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।